ਕਰਤਾ ਪੁਰਖ ਨਿਰਭਉ ਪਰਵਾਰ ਪਰੀਆਂ ਸ਼ਬਦ ਕਾਵਣੇ ਆਈਆਂ ਨੀਵ ਸਾਰਾ ਕਰੇ ਨਾਨਕ ਆਨੰਦ ਹੋਆ ਸਤਿਗੁਰੂ ਮੈਂ ਪਾਇਆ ਏ ਮਨ ਮੇਰਾ ਲਾਲ ਰਤਨ ਮਨ ਮੇਰੇ ਦੁੱਖ ਸਭ ਸਾਰਨਾ ਕਾਰ ਕਰੇ ਤੇਰਾ ਤਦ ਸਭ ਸਵਾਰਨਾ ਸਮਰਤ ਸਵਾਮੀ ਸੁਖ ਮਨੋ ਸਾਰੇ ਕਰੇ ਨਾਨਕ ਮਨ ਮੇਰੇ ਸਦਾ ਮਹਲਾਲੇ ਸਾਚੇ ਸਾਹਿਬਾ ਕਿਆ ਨਹੀਂ ਕਰਤੇ ਰੈ ਕਰਤਾ ਤੇਰੇ ਸਭ ਕੁਛ ਹੈ ਜਿਸਦੇ ਸੁਭਾਵੇ ਸਲਾਹ ਤੇਰੀ ਨਾਮ ਮਨ ਸਾਵੇ ਜਿੰਨੀ ਨਾਮ ਧਿਆ ਸਕਤ ਕਾਲ ਨਾਨਕ ਤੇ ਮੁਕੇ ਗੁਜਲੇ ਕਿੰਨੀ ਸੁਖੀ ਨਾਲ ਜਿੰਨੀ ਨਾਮ ਧਿਆਇਆ ਸਕਤ ਕਾਲ ਨਾਨਕ ਤੇ ਮੁਕੇ ਗੁਜਲੇ ਕਿੰਨੀ ਸੁਖੀ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਅਰਜਨ ਹਰਿ ਗੈਨ ਸੁਗਮ ਸ੍ਰੀ ਹਰਿ ਸ੍ਰੀ ਹਰਿ ਲਿਆਏ ਜਿਥੇ ਸਭ ਦੁਖ ਵਿਆਹ ਏ ਹਾਲ ਸੁਣਿਆ ਨਾਮ ਲਿਆ ਧਾਈ ਸਾਧਿ ਹੁਣਾ ਨਿਸ਼ਹਿ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਾਧਿ ਹੁਣਾ ਨਿਸ਼ਹਿ ਦਸਾਂ ਪਾਤਸ਼ਾਹ ਜੀ ਗੋ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਜਿਗਾਰ ਧੰਨ ਕਰ ਕੇ ਬੋਲ ਰਿਹਾ ਨਾਮ ਕਿਤਾਰੇ ਸਿੱਖ ਪੜ੍ਹਦੇ ਸੁਣਦੇ ਸਰਬੱਤ ਦਾਰੀ ਨਾਮ ਹੋਵਨ ਨਾਨਕ ਨਾਮ ਚੜ੍ਹੀ ਕਲਾ ਤੇਰੇ ਨਾਮ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੋਲੇ ਕਬੀਰ ਜਿਸ ਮਰਨੇ ਤੇ ਜਗ ਡਰਾ ਮੇਰੇ ਮਨ ਆਨੰਦ ਮਰਨੇ ਹੀ ਤੇ ਪਾਈਆ ਪੂਰਨ ਪਰਮਾਨੰਦ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਗੁਰੂ ਗਰੀਬ ਨਿਵਾਸ ਰਾਗ ਸੂਰਤ ਬਾਣੀ ਭਗਤ ਰਵਿਦਾਸ ਜੀ ਕੀ ਇੱਕ ਓਹੰਕਾਰ ਸਤਿਗੁਰ ਪ੍ਰਸਾਦ ਜਬ ਹਮ ਹੋਤੇ ਤਬ ਤੂੰ ਨਾਹੀਂ ਅਬ ਤੁਹੀ ਮੈਂ ਨਾਹੀਂ ਅਨਲ ਅਗਮ ਜੈਸੇ ਲਹਿਰ ਮੈਂ ਉਹ ਦਦ ਜਲ ਕੇਵਲ ਜਲ ਮਾਹੀ ਕਹਿ ਰਵਿਦਾਸ ਹਾਥ ਪੈ ਮੇਰਾ ਸਹਜੇ ਹੋ ਸੇ ਹੋਈ ਸਰਬੇ ਏਕ ਅਨੇਕਾ ਸੁਆਮੀ ਸਭ ਕਟ ਭੁਗਵਾ ਸੋਈ ਕਹਿ ਰਵਿਦਾਸ ਹਾਥ ਪੈ ਮੇਰਾ ਸਹਜੇ ਹੋ ਸੇ ਹੋਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰੀਆਂ ਸੰਗਤਾਂ ਨੇ ਗੁਰੂ ਮਹਾਰਾਜ ਦੇ ਹੁਕਮਨਾਮੇ ਸ਼ਰਵਣ ਕੀਤੇ ਹਨ ਮੈਂ ਦੱਸ ਦੇਣਾ ਚਾਹੁੰਦਾ ਹਾਂ ਸਾਰਿਆਂ ਨੂੰ ਮੇਰੇ ਭੈਣ ਭਰਾਵਾਂ ਨੂੰ ਵੀਰਾਂ ਨੂੰ ਕਿ ਕਲਾਸ ਫੈਲੋ ਯਾਨੀ ਕਲਾਸ ਦੇ ਵਿੱਚ
ਬੱਚੇ ਪੜ੍ਹਦੇ ਹਨ ਉਸਤਾਦ ਕੋਲੋਂ। ਰਾਣਾ ਜੀ ਤੋਂ ਜੋ ਕਿ ਰੇਡੀਓ ਪ੍ਰੋਡਿਊਸਰ ਸਨ, ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ 'ਚ ਬੈਠੇ ਸਤਸੰਗ ਜੀ, ਵਾਹਿਗੁਰੂ ਜੀ ਕਾ ਖਾਲਸਾ, ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਇੰਦਰਜੀਤ ਨਾਲ ਮੇਰਾ ਬਹੁਤ ਪਿਆਰ, ਅਚਾਨਕ ਹੀ ਮੈਨੂੰ ਕਿਸੇ ਨੇ ਦੱਸਿਆ, ਆਪਣੇ ਕੰਮਾਂ ਕਾਰਾਂ 'ਚ ਦੌੜ ਭੱਜ 'ਚ ਇੰਨੇ ਵਿਅਸਤ ਹੋ ਗਏ ਸੀ, ਸੋ ਯਕੀਨ ਹੀ ਨਹੀਂ ਹੋ ਰਿਹਾ ਕਿ ਉਹ ਵੀਰ ਅੱਜ ਸਾਨੂੰ ਛੱਡ ਕੇ ਚਲਿਆ ਗਿਆ। ਇਹੀ ਅਰਦਾਸ ਕਰਦੇ ਹਾਂ ਮਾਲਕ ਅੱਗੇ ਕਿ ਮਾਲਕ ਪਰਿਵਾਰ ਨੂੰ, ਸਾਡੀ ਮਾਤਾ ਨੂੰ, ਸਾਡੇ ਸਤਿਕਾਰਯੋਗ ਅੰਕਲ ਜੀ ਨੂੰ ਪਾਣਾ ਮੰਗਣ ਦਾ ਬਲ ਬਖਸ਼, ਸਾਰੇ ਰਿਸ਼ਤੇਦਾਰਾਂ ਦਾ, ਆਈਆਂ ਹੋਈਆਂ ਤਮਾਮ ਸ਼ਖਸੀਅਤਾਂ ਦਾ ਬਹੁਤ ਬਹੁਤ ਧੰਨਵਾਦ ਕਰਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ। ਸਭ ਤਰ ਪਾ
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਗੁਰੂ ਗ੍ਰੰਥ ਸਾਹਿਬ ਜਗਦਾਤਾ ਸੋਏ ਭਗਤ ਵਛਲ ਤੇ ਲੋਏ ਜੀਓ ਗੁਰ ਸ਼ਬਦ ਸੁਣਾਵੇ ਅਬ ਨਾ ਜਾਣ ਕੋਈ ਜੀਓ ਅਬ ਗੁਰ ਪਾਇਆ ਗੁਰ ਜਾਵਾ ਹਰ ਗੁਰ ਪਾਸ ਜੀਓ ਸਰਬਰ ਕਰੇ ਹਰ ਪੈ ਬੇਨਤੀ ਮੇਉ ਪੈ ਰੱਖੋ ਅਰਦਾਸ ਜੀਓ ਪੈਜ ਰੱਖੋ ਹਰ ਜਨਾ ਕਿਰਾਸ ਜੀਓ ਹਰ ਤਾਰ ਕਿਰਪਾ ਸਭ ਕੋ ਮਿਲਾਇਆ ਧਨ ਧਨ ਕਹਿ ਸਾਬਾਸ ਜੀਓ ਮੇਰੇ ਸੰਖ ਸੁਣੋ ਪੁੱਤ ਭਾਈਓ ਮੇਰਾ ਹਰ ਭਾਣਾ ਆਓ ਮੈਂ ਪਾਸ ਜੀਓ ਹਰ ਭਾਣਾ ਗੁਰ ਪਾਇਆ ਮੇਰਾ ਹਰਾਈ ਪਰਿਵਾਰ ਮੇਰਾ ਮਨ ਵੇਖੋ ਕਰ ਅਰਦਾਸ ਜੀਓ ਦੁਰ ਲਿਖਿਆ ਪਰਵਾਰਾ ਪੈਰੀ ਪਾਇਆ ਅੰਤੇ ਸਭ ਗੁਰ ਬੋਲਿਆ ਮੈਂ ਪਿੱਛਾ ਕੀਰਤਨ ਕਰੋ ਨਿਰਵਾਣ ਜੀਓ ਏਸੋ ਗੋਪਾਲ ਪੰਡਿਤ ਸਦਹੋ ਹਰ ਹਰ ਕਥਾ ਪੜ੍ਹਾ ਪ੍ਰਾਣ ਜੀਓ ਹਰ ਕਥਾ ਪੜ੍ਹੀਆ ਹਰ ਨਾਮ ਸੁਣੀਆ ਵਿਭਾਣ ਹਰ ਰੰਗ ਗੁਰ ਭਾਵੈ ਪਿੰਡ ਭਾਇਆ ਸਭ ਗੁਰ ਬੋਲਿਆ ਹਰ ਨੇੜਿਆ ਪੁਰਤ ਸਜਾਨ ਜੀਓ ਰਾਮਦਾਸ ਸੋਧੇ ਤਲਕ ਜੀਆ ਸਵਰ ਸ਼ਬਦ ਸੱਚ ਨਿਸਾਨ ਜੀਓ ਰਾਮਦਾਸਾ ਵੈਰੀ ਪਾਈ ਜੀਓ ਸਭ ਪਵੈ ਪੈਰੀ ਸਤਿਗੁਰੂ ਕੇਰੀ ਜਿਥੈ ਗੁਰੂ ਆਪ ਰੱਖਿਆ ਕੋਈ ਕਰ ਬਖੀ ਸਭ ਜਗਤ ਪੈਰੀ ਪਾਈ ਜੀਓ ਹਰ ਗ੍ਰਹ ਭਾਣਾ ਦੀ ਵਡਿਆਈ ਕਰ ਜਾਏ ਜੀਓ ਕਹ ਸੁੰਦਰ ਸੁਣੋ ਸੰਤੋ ਸਭ ਜਗਤ ਪੈਰੀ ਪਾਏ ਜੀਓ ਵਾਹਿਗੁਰੂ ਕਾ ਖਾਲਸਾ ਵਾਹਿਗੁਰੂ ਸਾਹਿਬ ਜੀ ਕਰਤੇ ਰਾਮ ਕਾਂਤ ਸਾਹਿਬ ਸੁਆਰਨ ਕਰਨਾ ਕਲਾ ਸੁਮਰਾ ਸੁਆਮੀ ਸਕੋਣ ਵਿਸਾਰੇ ਕਰਨਾ ਕੁਮਾਰੀ ਸੁਣੋ ਹਰ ਨਾਲ ਸਾਚੇ ਸਾਹਿਬਾ ਕਿਆ ਨਹੀਂ ਘਰ ਤੇਰਾ ਘਰ ਦਾ ਤੇਰਾ ਸਭ ਕੁਛ ਹੈ ਜਿਸਦਾ ਸੋ ਪਾਵੈ ਸਦਾ ਸਤ ਸਦਾ ਤੇਰੇ ਨਾਮ ਮਨ ਵਸਾਵੈ ਨਾਮ ਜਨ ਕਰ ਵਾਹਿ ਸੇਵਾ ਵਾਸੀ ਸੁਣ ਤੇਰੇ ਕਹਿ ਨਾਮ ਸੱਚੇ ਸਾਹਿਬ ਕਿਆ ਨਹੀਂ ਘਰ ਤੇਰਾ ਸਾਚਾ ਨਾਮ ਮੇਰਾ ਆਧਾਰ ਕਰ ਸਾਹਿਬ ਸਭ ਮਨਿਆ ਵਸਿਆ ਇੱਛਾ ਸਭ ਪੁਜਾਈਆਂ ਸਦਾ ਪ੍ਰਵਾਨ ਕੀਤਾ ਗੁਰੂ ਕਹਾਂ ਸਦਾ ਕੁਰਬਾਨ ਕੀਤਾ ਗੁਰੂ ਕਹਾਂ ਜਿਤੀਆਂ ਇਹ ਵਡਿਆਈਆਂ ਕਹਿ ਨਾਨਕ ਸੁਣੋ ਸੰਤੋ ਸਬਰ ਕਰੋ ਪਿਆਰੋ ਸਾਚਾ ਨਾਮ ਮੇਰਾ ਆਧਾਰ ਵਾਜੇ ਪੰਜ ਸਬਰ ਘਰ ਸੁਭਾਸ਼ਾ ਦੱਸ ਸਤਿਗੁਰ ਬਿਨਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਦ ਤੂਰੇ ਸੁਣ ਤੇ ਪੁਨੀਤ ਕਹਿ ਤੇ ਪਵਿੱਤ ਸਤਿਗੁਰੂ ਹਾ ਭਰਪੂਰੇ ਬਿਨਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਦ ਤੂਰੇ ਸਲੋਕ
ਪਾਵਣ ਗੁਰੂ ਬਾਣੀ ਪਿਤਾ ਮਹਾਨ ਦਿਵਸ ਨਾਮ ਗਾਈ ਦਾ ਸਗਲ ਜਗਤ ਜਿਵਿਆਂ ਬੁਰਿਆਈਆਂ ਵਚ ਤੁਮ ਦੂਰ ਕਰਮੀ ਆਪੋ ਆਪਣੀ ਨੇੜਾ ਕੇ ਦੂਰ ਜੀ ਨਾਮ ਧਿਆਇਆ ਨਾਨਕ ਦੇ ਮੁਖ ਉਜਲੇ ਸੁਖੀ ਜਿੰਨੀ ਨਾਮ ਧਿਆਇਆ ਗਏ ਮੁਸਕਤ ਕਾਲ ਨਾਨਕ ਦੇ ਮੁਖ ਉਜਲੇ ਸੁਖੀ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਨਾਨਕ ਦਾਸ ਸਦਾ ਗੁਰਬਾਣੀ ਦਾਸ ਵਾਹਿਗੁਰੂ 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 ਪਿਛਲੇ ਔਗਣ ਬਖਸ਼ ਲੈ ਪ੍ਰਭ ਆਗਾ ਮਾਰਗ ਪਾਵਾ ਇੱਕ ਓਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਇ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕਾ ਗੁਰ ਨਾਨਕ ਲਈ ਧਿਆਏ ਫਿਰੰਗਤ ਗੁਰ ਤੇ ਅਮਰਦਾਸ ਰਾਮ ਦਾਸਾ ਹੋਏ ਸਹਾਏ ਅਰਜਨ ਹਰ ਗੋਬਿੰਦ ਨੋ ਸਿਮਰੋ ਸ੍ਰੀ ਹਰ ਰਾਏ ਸ੍ਰੀ ਹਰ ਕ੍ਰਿਸ਼ਨ ਧਿਆਈਐ ਜਿਸ ਡਿੱਠੇ ਸਭ ਦੁੱਖ ਜਾਏ ਤੇਗ ਬਹਾਦਰ ਸਿਮਰੀਏ ਕਰਨੌਣ ਦਿਆਵਾ ਧਾਏ ਸਭ ਥਾਈ ਹੋਏ ਸਹਾਏ ਸਭ ਥਾਈ ਹੋਏ ਸਹਾਏ ਦਸਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਪੰਥ ਦੇ ਵਾਲੀ ਸਭ ਥਾਈ ਹੋਏ ਸਹਾਏ ਦਸਾਂ ਪਾਤਸ਼ਾਹੀਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਆਦਿ ਦਰਬਾਰ ਦਸਮ ਦਰਬਾਰ ਸ੍ਰੀ ਸਰਬਲੋਕ ਦਰਬਾਰ ਜੀ ਦੇ ਪਾਠ ਦੀਦਾਰ ਦਾ ਧਿਆਨ ਧਰ ਕੇ ਖਾਲਸਾ ਸਾਹਿਬ ਬੋਲੋ ਜੀ ਸ੍ਰੀ ਵਾਹਿਗੁਰੂ ਵਾਹਿਗੁਰੂ ਚਾਰ ਸਾਹਿਬਜ਼ਾਦੇ ਸਾਹਿਬ ਅਜੀਤ ਸਿੰਘ ਜੀ ਸਾਹਿਬ ਜੁਝਾਰ ਸਿੰਘ ਜੀ ਸਾਹਿਬ ਜੋਰਾਵਰ ਸਿੰਘ ਜੀ ਸਾਹਿਬ ਬਾਬਾ ਫਤਿਹ ਸਿੰਘ ਜੀ ਫਤਿਹ ਸਿੰਘ ਜੀ ਦੇ ਜਥੇ ਸਿੰਘ ਜੀ ਪੰਜ ਪਿਆਰੇ ਪੰਜ ਵੀਰ ਚਾਰੇ ਮੁਕਤੇ ਹੱਟੀਆਂ ਤੱਪੀਆਂ ਚਿੰਤਾ ਗੁਪਤਾ ਨਿਹੰਗ ਸਿੰਘਾਂ ਭੁਝੰਗ ਸਿੰਘਾਂ ਸਰਬੱਤ ਗੁਰੂ ਖਾਲਸੇ ਦੀ ਕਮਾਈ ਦਾ ਧਿਆਨ ਧਰਕੇ ਬੋਲੋ ਜੀ ਸ੍ਰੀ ਵਾਹਿਗੁਰੂ ਜਿਨ੍ਹਾਂ ਗੁਰਮੁਖ ਪਿਆਰਿਆਂ ਨਾਮ ਜਪਿਆ ਵੰਡ ਛਕਿਆ ਦੇਵ ਚਲਾਈ ਤੇ ਗਵਾਹੀ ਧਰਮ ਹੇਤ ਸੀਸ ਦਿੱਤੇ ਦੇਖ ਕੇ ਅਣਡਿੱਠ ਕੀਤਾ ਤਿਨਾਂ ਸ਼ਹੀਦ ਸਿੰਘਾਂ ਦੀ ਕਮਾਈ ਦਾ ਧਿਆਨ ਧਰਕੇ ਬੋਲੋ ਜੀ ਸ੍ਰੀ ਵਾਹਿਗੁਰੂ 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 ਜਹਾਂ ਜਹਾਂ ਗੁਰੂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰੱਛਿਆ ਰਿਆਇਤ ਦੇਖ ਤੇਗ ਫਤਿਹ ਸ੍ਰੀ ਸਾਹਿਬ ਜੀ ਸਹਾਇ ਖਾਲਸਾ ਜੀ ਕੇ ਬੋਲ ਵਾਲੇ ਬੋਲੋ ਜੀ ਸ੍ਰੀ ਵਾਹਿਗੁਰੂ ਵਾਹਿਗੁਰੂ ਸਰਬੱਤ ਗੁਰਦੁਆਰਿਆਂ ਤੀਰਥਾਂ ਧਾਮਾਂ ਨਿਸ਼ਾਨਾਂ ਧੌਂਸਿਆਂ ਬੁੰਗਿਆਂ ਦੇ ਦੀਦਾਰ ਦੀਦਾਰ ਦਾ ਧਿਆਨ ਧਰਕੇ ਬੋਲੋ ਜੀ ਸ੍ਰੀ ਵਾਹਿਗੁਰੂ 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 ਸਰਬੱਤ ਗੁਰਦੁਆਰਿਆਂ ਤੀਰਥਾਂ ਧਾਮਾਂ ਨਿਸ਼ਾਨਾਂ ਧੌਂਸਿਆਂ ਬੁੰਗਿਆਂ ਦੇ ਦਰਸ਼ਨ ਦੀਦਾਰ ਜੋੜ ਮੇਲਿਆਂ ਦੀ ਕਮਾਈ ਦਾ ਘੋੜਿਆਂ ਦੀ ਕਮਾਈ ਦਾ ਧਿਆਨ ਧਰਕੇ ਬੋਲੋ ਜੀ ਸ੍ਰੀ ਵਾਹਿਗੁਰੂ ਵਾਹਿਗੁਰੂ ਗੁਰੂ ਖਾਲਸਾ ਜੀ ਕੋ ਨਾਮ ਦਾਨ ਵਿਵੇਕ ਦਾਨ ਰਹਿਤ ਦਾਨ ਭਰੋਸਾ ਦਾਨ ਸੁਲਕ ਦਾਨ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਵਾਹਿਗੁਰੂ ਵਾਹਿਗੁਰੂ ਨੇ ਮਾਣਿਆਂ ਦੇ ਮਾਣ ਸਤਿਗੁਰੂ ਜੀ ਨੇ ਤਾਣਿਆਂ ਦੇ ਤਾਣ ਸਤਿਗੁਰੂ ਜੀ ਨੇ ਉਲਝਿਆਂ ਦੇ ਉਲ ਸਤਿਗੁਰੂ ਜੀ ਧੰਨ ਧੰਨ ਜਹਰ ਪੀਰ ਪੀਰਾਂ ਦੇ ਪੀਰ ਜਗਤ ਪੀਰ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਮਹਾਰਾਜ ਧੰਨ ਧੰਨ ਦਸਾਂ ਪਾਤਸ਼ਾਹੀਆਂ ਦੀ ਆਤ ਰੱਖਿਅਕ ਮਹਾਂਗਿਆਨ ਦੇ ਸਾਗਰ ਪ੍ਰਤੱਖ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਆਪ ਜੀ ਦੀ ਅਲਾਹੀ ਗੁਰਬਾਣੀ ਦੇ ਫਰਮਾਨ ਹਨ ਸੱਚੇ ਪਾਤਸ਼ਾਹ ਜੀ ਜਿਹਾ ਚੀਰੀ ਲਿਖਿਆ ਇਹ ਪਾਤਸ਼ਾਹ ਜੀ ਸਰਗਵਾਸੀ ਸਰਦਾਰ ਕਰਤਾਰ ਸਿੰਘ ਜੀ ਬੈਂਸ ਸਤਿਗੁਰੂ ਸੱਚੇ ਪਾਤਸ਼ਾਹ ਸਰਗਵਾਸੀ ਮਾਤਾ ਪ੍ਰਕਾਸ਼ ਕੌਰ ਜੀ ਬੈਂਸ
ਉਹਨਾਂ ਦਾ ਉਹਨਾਂ ਦੀ ਖਰੀ ਫਲਵਾਰੀ ਸਰਦਾਰ ਗੁਰਦੇਵ ਸਿੰਘ ਜੀ ਬੈਂਸ, ਇਹਨਾਂ ਦੇ ਸਪੁੱਤਰ ਸਰਦਾਰ ਦਲਜੀਤ ਸਿੰਘ ਜੀ ਬੈਂਸ ਔਰ ਇੰਦਰਜੀਤ ਸਿੰਘ ਸੱਚੇ ਪਾਤਸ਼ਾਹ ਮਹਾਰਾਜ ਜੀ, ਕੁਛ ਰੋਜ਼ ਤੋਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਆਪ ਜੀ ਦੀ ਆਗਿਆ ਲੈ ਕੇ ਅਕਾਲ ਚਲਾਣਾ ਕਰ ਗਿਆ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ, ਸਤਿਗੁਰੂ ਜੀ ਉਹਨਾਂ ਦੇ ਨਿਵੇਦ ਆਪਣੇ ਗ੍ਰਹਿ ਵਿਖੇ ਆਪ ਜੀ ਦੇ ਸਰੂਪ ਲਿਆ ਕੇ ਮਹਾਰਾਜ ਸਤਿਗੁਰੂ ਜੀ ਸਹਿਜ ਪਾਠ ਆਰੰਭ ਕਰਵਾਏ ਸਨ, ਅੱਜ ਨਿਰਮਿਕਮ ਸਮਾਪਤ ਭੋਗ ਪਾਏ ਗਏ ਨੇ ਸੱਚੇ ਪਾਤਸ਼ਾਹ ਜੀ ਮਹਾਰਾਜ। ਸਰਦਾਰ ਇੰਦਰਜੀਤ ਸਿੰਘ ਨੂੰ ਮਹਾਰਾਜ ਆਪਣੇ ਚਰਨਾਂ ਦਾ ਨਿਵਾਸ ਦੇਣਾ ਮਹਾਰਾਜ, ਆਪਣੇ ਸਤਿਗੁਰੂ ਜੀ ਚਰਨਾਂ ਦੇ ਵਿੱਚ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ, ਸਿੱਖ ਨੂੰ ਮਹਾਰਾਜ ਠਹਿ ਦੇਣਾ ਮੇਰੇ ਪਾਤਸ਼ਾਹ ਜੀ ਮਹਾਰਾਜ, ਸਰਦਾਰ ਗੁਰਦੇਵ ਸਿੰਘ ਦੇ ਸਤਿਗੁਰੂ ਸੱਚੇ ਪਾਤਸ਼ਾਹ ਸਮੁੱਚੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ਣਾ ਮੇਰੇ ਸੱਚੇ ਪਾਤਸ਼ਾਹ ਜੀ ਮਹਾਰਾਜ, ਸਤਿਗੁਰੂ ਜੀ ਕਿਰਪਾ ਰੱਖਣੇ ਬਾਗ ਪਰਿਵਾਰ ਨੂੰ ਚੜ੍ਹਦੀਆਂ ਕਲਾ ਦੇ ਵਿੱਚ ਰੱਖਣਾ, ਅੰਸ਼ ਬੰਸ਼ ਨੂੰ ਸਤਿਗੁਰੂ ਜੀ ਸਦਾ ਚੜ੍ਹਦੀਆਂ ਕਲਾ ਦੇ ਵਿੱਚ ਰੱਖਣਾ ਸੱਚੇ ਪਾਤਸ਼ਾਹ ਜੀ ਮਹਾਰਾਜ। ਸਤਿਗੁਰੂ ਜੀ ਇੰਦਰਜੀਤ ਸਿੰਘ ਦੇ ਸਤਿਗੁਰੂ ਜੀ ਨਿਮਿਤ ਮੇਰੇ ਪਾਤਸ਼ਾਹ ਜੀ ਉਹ ਮਹਾਰਾਜ ਆਪ ਜੀ ਦੀ ਆਗਿਆ ਲੈ ਕੇ ਸੋਹਣੇ ਸਤਿਗੁਰੂ ਜੀ ਰੁਮਾਲਾ ਭੇਟ ਕੀਤੇ ਨੇ, ਪਾਠੀਆਂ ਸਿੰਘਾਂ ਦੀ ਉਪਜੀਵਿਕਾ ਵਾਸਤੇ ਬੇਅੰਤ ਮਾਇਆ ਭੇਟ ਕੀਤੀ ਮਹਾਰਾਜ, ਜਿਹਨਾਂ ਖਜ਼ਾਨਿਆਂ 'ਚੋਂ ਮਾਇਆ ਦੇ ਗੱਫੇ ਆਏ ਸਤਿਗੁਰੂ ਜੀ, ਵਸਤਰਾਂ ਦੇ ਗੱਫੇ ਆਏ ਸੁੱਖ ਜਾਣੇ ਭਰਪੂਰ ਕਰਨੇ ਬੀਜੇ ਹਰੇ ਰੱਖਣੇ ਮਹਾਰਾਜ। ਸੱਚੇ ਪਾਤਸ਼ਾਹ ਜੀ ਸਰਦਾਰ ਇੰਦਰ ਸਿੰਘ ਦੇ ਨਿਵੇਦ ਮਹਾਰਾਜ ਆਪ ਸੱਚੇ ਪਾਤਸ਼ਾਹ ਜੀ ਗ੍ਰੰਥੀ ਸਿੰਘ ਵਾਸਤੇ ਸੋਹਣਾ ਬਿਸਤਰਾ ਮੇਰੇ ਪਾਤਸ਼ਾਹ, ਵਸਤਰ ਜੋੜਾ ਸਤਿਗੁਰੂ ਜੀ ਉਹ ਸਤਿਗੁਰੂ ਜੀ ਉਹ ਬਰਤਨ ਸਤਿਗੁਰੂ ਜੀ ਭੇਟਾ ਕਰਦੇ ਮਹਾਰਾਜ, ਜਿਹਨਾਂ ਖਜ਼ਾਨਿਆਂ 'ਚੋਂ ਇਹ ਵਸਤਰ ਵਸਤਾਂ ਆਈਆਂ ਮਹਾਰਾਜ, ਸੋ ਵਸਤਾਂ ਭਰਪੂਰ ਰੱਖਣੀਆਂ ਪਾਤਸ਼ਾਹ ਜੀ ਉਹ। ਸਰਦਾਰ ਇੰਦਰਜੀਤ ਸਿੰਘ ਦੇ ਸਤਿਗੁਰੂ ਜੀ ਯਾਦ ਵਿੱਚ ਮਹਾਰਾਜ ਗੁਰਦੁਆਰਾ ਸਾਹਿਬ ਨੂੰ ਮਹਾਰਾਜ 2100 ਰੁਪਈਆ ਭੇਟ ਕਰਦੇ ਨੇ ਮਹਾਰਾਜ ਜੀ, ਜਿਹਨਾਂ ਖਜ਼ਾਨਿਆਂ 'ਚੋਂ ਮਾਇਆ ਦੇ ਗੱਫੇ ਆਏ ਸੋ ਖਜ਼ਾਨੇ ਭਰਪੂਰ ਕਰਨੇ ਬੀਜੇ ਹਰੇ ਰੱਖਣੇ ਕਾਲ ਕੰਟਕ ਦੂਰ ਕਰਨੇ ਸੱਚੇ ਪਾਤਸ਼ਾਹ ਜੀ ਮਹਾਰਾਜ। ਸਤਿਗੁਰੂ ਸੱਚੇ ਪਾਤਸ਼ਾਹ ਜੀ ਉਹ ਆਪ ਜੀ ਦੇ ਹਜ਼ੂਰ ਕੜਾਹ ਪ੍ਰਸ਼ਾਦ ਦੀਆਂ ਦੇਗਾਂ ਸੱਜ ਕੇ ਹਾਜ਼ਰ ਹੋਈਆਂ ਨੇ ਪਾਤਸ਼ਾਹ ਦਰ ਪ੍ਰਵਾਨ ਕਰੋ, ਕਰੇ ਪਾਕ ਸਾਲ ਸੋਚ ਪਵਿੱਤਰਾ ਹੁਣ ਲਾਭ ਹੋ ਭੋਗ ਹਰ ਰਾਏ। ਸਤਿਗੁਰੂ ਪ੍ਰਸ਼ਾਦੇ ਗੁਰੂ ਕਾ ਲੰਗਰ ਵੀ ਸਤਿਗੁਰੂ ਸੱਚੇ ਪਾਤਸ਼ਾਹ ਜੀ ਤਿਆਰ ਹੈ, ਦਰ ਪ੍ਰਵਾਨ ਕਰੋ ਪਾਤਸ਼ਾਹ ਜੀ ਉਹ, ਦਰ ਪ੍ਰਵਾਨ ਹੋਇਆ ਪ੍ਰਸ਼ਾਦ ਸਾਧ ਸੰਗਤ ਵਿੱਚ ਵਰਤਾਉਣ ਦੀਆਂ ਆਗਿਆ ਬਖਸ਼ਣੀਆਂ ਮਹਾਰਾਜ। ਸਤਿਗੁਰੂ ਜੀ ਹੁਣ ਪਵਿੱਤਰ ਹੁਕਮਨਾਮੇ ਬਖਸ਼ੋ, ਹੁਕਮਨਾਮਿਆਂ 'ਤੇ ਚੱਲਣ ਦੀ ਸਰਬੱਤ ਸਾਧ ਸੰਗਤ ਨੂੰ ਸਮਰੱਥਾ ਬਖਸ਼ੋ, ਸੁੱਖ ਹੋਵੇ ਨਾਮ ਚਿਤਿਆਵੇ, ਸਿੱਖ ਪੜ੍ਹਦੇ ਸੁਣਦੇ ਸਰਬੱਤ ਲਾਹੇ ਮਤ ਹੋਵਣ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦੋਰਾ ਕਿਆ ਭਈ ਅਕਾਲ ਕੀ ਦਵਾ ਜਵਾਇਓ ਪੰਥ, ਗੁਰੂ ਮਾਨਿਓ ਗ੍ਰੰਥ, ਗੁਰੂ ਗ੍ਰੰਥ ਜੀ ਮਾਨਿਓ ਵਰਗ ਤੁਰਾ ਕੀ ਦੇ, ਜੋ ਦ੍ਰਵ ਕੋ ਮਿਲ ਬੋਚ ਹੈ ਖੋਜ ਸ਼ਬਦ ਰਾਜੇ, ਰਾਜ ਕਰੇਗਾ ਖਾਲਸਾ ਕੀ ਰਹਿ ਨਾ ਕੋਈ, ਭਾਗ ਹੋਏ ਸਭ ਮਿਲਾਂਗੇ ਬੋਲੇ ਸੰਤੋ, ਸਭਾ ਮਲੇਸ਼ ਕੀ ਕਰ ਕੂੜਾ ਪਸਾਰਾ ਵਾਜੇ ਫਤਿਹ ਕਾ ਗਿਰਦਾ, ਨਾਨਕ ਗੁਰੂ ਗੋਬਿੰਦ ਸਿੰਘ ਜੀ ਪੂਰਨ ਗੁਰ ਅਵਤਾਰ, ਜਗਮਗ ਜੋਤ ਬਿਰਾਜ ਰਹੀ ਸ੍ਰੀ ਅਰਜਨ ਨਗਰ ਵਿਚਾਰ, ਖੰਡਾ ਜਾ ਕਾ ਹਾਥ ਮੈਂ ਕਲਗੀ ਸੋਹੈ ਸੀਸੋ, ਸੋ ਹਮਰੀ ਰਛਿਆ ਕਰੇ ਗੁਰੂ ਕਲਗੀ ਧਾਰ ਜਗਦੀਸ਼, ਵਾਹਿਗੁਰੂ ਨਾਮ ਜਹਾਜ ਹੈ ਚੜੇ ਸੂਤਰੇ ਪਾਰ, ਜੋ ਸ਼ਰਦਾ ਕਰ ਸੇਮ ਦੇ ਗੁਰਪਾਰ ਉਤਾਰਦਾ,
ਜੋ ਸ਼ਰਧਾ ਕਰ ਸੇਮ ਦੇ ਗੁਰਪਾਗ ਤਾਰ ਨਿਹਾਲ ਜਕਾਰੇ ਜਾਵੇ ਸਤਿਗੁਰਾਂ ਦੇ ਮਨਾਂ ਨੂੰ ਭਾਵੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਮਨ ਨੂੰ ਭਾਵੇ ਨਿਹਾਲ ਹੋ ਜਾਵੇ ਸਤ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਕੀ ਫਤਿਹ ਵਾਹਿਗੁਰੂ ਸਾਹਿਬ ਜੀ ਗੁਰੂ ਗਰੀਬ ਨਵਾਜ ਜੈਤ ਸਰੀ ਮਹੱਲਾ ਨਵਾਂ ਹਰ ਜੂ ਰੱਖ ਲਿਓ ਪਤ ਮੇਰੀ ਜਮ ਕੋ ਤਰਾਸ ਪਇਓ ਉਰੇ ਅੰਤਰ ਸ਼ਰਨ ਗਹੀ ਕਿਰਪਾ ਨਿਧ ਤੇਰੀ ਹਰ ਜੂ ਰੱਖ ਲੋ ਵੀ ਪੁਨ ਕਰਤ ਪਾਪ ਅਬਗਾਰਾ ਤੈ ਮਰਬੇ ਕੋ ਬਿਸਰਤ ਨਾ ਹੈ ਨਾ ਤੈ ਚਿੰਤਾ ਤਨ ਜਾਰਾ ਕੀਏ ਉਪਾਵ ਮੁਕਤ ਕੇ ਕਰ ਕੀਏ ਉਪਾਵ ਮੁਕਤ ਕੇ ਕਾਰਨ ਜਿਸ ਕੋ ਨਿਤਾਇਆ ਕਾਹੀ ਪੀਤਰ ਬਸਾ ਨਿਰੰਜਨ ਤਾ ਤੋ ਮਰਮ ਨ ਪਾਇਆ ਨਾਹਨ ਗੁਣ ਨਾਹਨ ਕਛ ਜਪ ਤਪ ਕੌਣ ਕਰਮੀ ਅਬ ਕੀ ਕਹਿ ਹਾਰ ਪਰੋ ਸਰਨਾਗਤ ਅਪੈਦਾ ਪ੍ਰਭੂ ਦੀ ਕਹਿ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਗੁਰੂ ਸਵਾਮੀ ਗੁਰੂ ਸਾਸੂ ਜੀ ਅੱਜ ਆਪਾਂ ਉਹ ਸਰਦਾਰ ਗੁਰਦੇਵ ਸਿੰਘ ਜੀ ਬੈਂਸ ਬੀਬੀ ਪਦਮੀ ਤੇ ਲਾਡਲੇ ਹੋਣਹਾਰ ਪੁੱਤਰ ਅਮਰਜੀਤ ਕੌਰ ਤਰ ਪਾਤਸ਼ਾਹ ਜੀ ਉਹ ਜਿਤਨੇ ਵੀ ਸੁਵਾਸਾਂ ਦੀ ਪੂੰਜੀ ਆਕਾਰ ਪੁਰਸ਼ ਤੋਂ ਲੈ ਕੇ ਆਏ ਸਨ ਉਹ ਪੂੰਜੀ ਸਮਾਪਤ ਹੋਈ ਅਤੇ ਪਰਿਵਾਰ ਨੂੰ ਰਿਸ਼ਤੇਦਾਰਾਂ ਨੂੰ ਅਲਵਿਦਾ ਕਹਿ ਕੇ ਹਮੇਸ਼ਾ ਸਾਡੇ ਕੋਲ ਵਿਛੜ ਗਏ ਹਨ ਹੁਣ ਜੋ ਕਈ ਦਿਨ ਤੋਂ ਅਲਾਹੀ ਬਾਂਡੇ ਸਿੰਘ ਸ਼ਹਿਰ ਪਾਠ ਪ੍ਰਾਰੰਭ ਕਰਵਾਏ ਗਏ ਸਨ ਗੁਰੂ ਮਹਾਰਾਜ ਦੀ ਮਹਾਨ ਕਿਰਪਾ ਦੁਆਰਾ ਨਿਰਵਿਘਨ ਭੋਗ ਪਾਏ ਗਏ ਹਨ ਹੁਣ ਭੋਗ ਤੋਂ ਉਪਰੰਤ ਗੁਰੂ ਮਹਾਰਾਜ ਦੇ ਸਵਾਰੀ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਖੁੱਲ੍ਹੇ ਪੰਡਾਲ ਵਿੱਚ ਆਏਗਾ ਸਾਰੀਆਂ ਸੰਗਤਾਂ ਨੂੰ ਬੇਨਤੀ ਹੈ ਕਿ ਉਸ ਪੰਡਾਲ ਵਿੱਚ ਪਹੁੰਚਣ ਦੀ ਕਿਰਪਾਲਤਾ ਕਰਨੀ ਸੋ ਗੁਰੂ ਮਹਾਰਾਜ ਦੇ ਬਖਸ਼ੇ ਹੋਏ ਪੰਡਾਰਿਆਂ ਵਿੱਚੋਂ ਜਗ ਵੀ ਸੱਜ ਕੇ ਤਿਆਰ ਹੋਈ ਹੈ ਜੇਬ ਵੀ ਸੱਜ ਕੇ ਤਿਆਰ ਹੋਈ ਹੈ ਉਹ ਸਾਰੀਆਂ ਸੰਗਤਾਂ ਨੇ ਪਹਿਲੇ ਲੰਗਰ ਛਕ ਕੇ ਫਿਰ ਪੰਡਾਲ ਵਿੱਚ ਪਹੁੰਚਣ ਦੀ ਕਿਰਪਾਲਤਾ ਕਰਨਗੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਸਿਵਰਿਆ ਕਰ ਨੌ ਨੀ ਦੇ ਆਵੇ ਤਾਏ ਸਭ ਹੋਣਾ ਜੀ ਸਹਾਏ
ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਸਹੀ ਹੋਣਾ ਜੀ ਸਹਾਇ ਦਸਾਂ ਪਾਸਿਆਂ ਦੇ ਸਰੂਪ ਸਾਡੀਆਂ ਚਾਰੀਆਂ ਮੁਕਤੀਆਂ ਹੱਠੀਆਂ ਜੱਤੀਆਂ ਤੱਪੀਆਂ ਜਿਹਨਾਂ ਨਾਮ ਜੱਪਿਆ ਬਣ ਛੱਕਿਆ ਦੇ ਵਾਹਿਗੁਰੂ ਪੰਜਾ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਕਰਕੇ ਬੋਲੋ ਜੀ ਵਾਹਿਗੁਰੂ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ 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 ਚੇਤਾਵੇ ਚੇਤਾ ਮੰਗਾ ਸਦਕਾ ਸਭ ਸੁਖ ਹੋਵੇ ਜਾਂ ਜਾਂ ਖਾਲਸਾ ਸਾਹਿਬ ਤਾਂ ਤਾਂ ਰਿਖਿਆਰੇ ਆਏ ਦੇਖ ਦੇਖ ਫਤਿਹ ਗਤ ਕੀ ਪੈਰ ਬੰਦ ਕੀ ਜੀਤ ਸਿੱਖ ਸਾਹਿਬ ਦੀ ਸਹਾਇ ਖਾਲਸਾ ਜੀ ਕੇ ਬੋਲ ਵਾਲੇ ਖਾਲਸਾ ਸਾਹਿਬ ਬੋਲੋ ਜੀ ਵਾਹਿਗੁਰੂ ਸਿੱਖਾਂ ਨੂੰ ਸਿੱਖੀ ਦਾਨ ਕੇਸ ਨਾ ਰਹਿ ਦਾਨ ਸਾਵਧਾਨ ਭਰੋਸਾ ਦਾਨ ਤਾਨਾ ਸਿਰਦਾ ਨਾਮ ਨਾਸੀਆਂ ਸਾਡੇ ਪਵਿੱਤਰ ਤੱਤ ਸੁਨਾਮ ਚੌਂਕੀਆਂ ਝੰਡੇ ਗੁੰਗੇ ਜੋਗੋ ਜੋਗਾ ਟਲ ਧਰਮ ਕਾ ਜੈਕਾਰ ਬੋਲੋ ਜੀ ਵਾਹਿਗੁਰੂ ਹੇ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਇ ਦਤਾਰ ਜੀਓ ਗੁਰਦੁਆਰਾ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰੇ ਗੁਰਧਾਮਾਂ ਤੋਂ ਜਨਰਲ ਪੰਥ ਨੂੰ ਜੋੜਿਆ ਗਿਆ ਹੈ ਖੁੱਲ੍ਹੇ ਦਰਸ਼ਨ ਦਿਦਾਰ ਅਤੇ ਸੇਵਾ ਸੰਭਾਲ ਦਾ ਦਾਨ ਪਿਆਰੇ ਖਾਲਸਾ ਜੀ ਬਖਸ਼ੋ ਜਿਨ ਮਾਣਾ ਦੀ ਮਾਣ ਤਾਣੇ ਤਾਣ ਮੁਕਤਾਂ ਦੋ ਧੰਨ ਧੰਨ ਸਾਹਿਬ ਜੀ ਬ੍ਰਹਮ ਸਾਹਿਬ ਪਾਤਸ਼ਾਹ ਜੀ ਆਪ ਦੇ ਚਰਨਾਂ ਕਮਲਾਂ 'ਚ ਅਰਦਾਸ ਬੇਨਤੀ ਗੋਲੜੀ ਹੱਥਾਂ ਕਰਦੇ ਜੋ ਆਪ ਜੀ ਦੇ ਕਰਦੇ ਪੀਰ ਜਵਾਨ ਸਰਦਾਰ ਗੁਰਦੇਵ ਸਿੰਘ ਜੀ ਬੈਂਸ ਬੀਬੀ ਅਮਰਜੀਤ ਕੌਰ ਜੀ ਬੈਂਸ ਸਰ ਪਾਤਸ਼ਾਹ ਜੀ ਉਹਨਾਂ ਦੇ ਲਾਡਲ ਸਪੁੱਤਰ ਸਾਹਿਬ ਦੇ ਪੱਤਰਾਂ ਵਿੱਚ ਹਾਲ ਹੋਏ ਸਰ ਪਾਤਸ਼ਾਹ ਜੀ ਉਹਨਾਂ ਨੇ ਮਿਲ ਜੋ ਸਿੱਖ ਸਾਹਿਬ ਪਾਠ ਪ੍ਰਾਰੰਭ ਕਰਾ ਲਏ ਸਨ ਸਰ ਪਾਤਸ਼ਾਹ ਭੋਗ ਤੋਂ ਆਪਣਾ ਸਰ ਪਾਤਸ਼ਾਹ ਆਪ ਦਾ ਸਰੂਪ ਜਿਹਾ ਮਹਾਰਾਜ ਸਜੇ ਪੰਡਾਲ ਵਿੱਚ ਆਉਣ ਦੀ ਆਗਿਆ ਬਖਸ਼ੇ ਕਰੋ ਸੁੱਖ ਹੋਵੇ ਨਾਮ ਕੇ ਤਾਵੇ ਸਿੱਖ ਪੜ੍ਹਦੇ ਸੁਣਦੇ ਸਰਬੱਤ ਰਾਏ ਬੰਦ ਹੋਵਣ ਨਾਨਕ ਨਾਮ ਚੜ੍ਹਦੀ ਕਲਾ ਮੇਰੇ ਪੰਜ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਵਾਹਿਗੁਰੂ ਸਿਮਰਨ ਸੁਆਮੀ ਕੋ ਰਬ ਨਾਨਕ ਬੰਧਨ ਛੋਰ ਆਇਓ ਸਰਨ ਦੀਨ ਦੁਖ ਭੰਜਨ ਚਿਤ ਬਹੁ ਤੁਮਰੀ ਔਰ ਅਭੈ ਪਦਦਾਨ ਸਿਮਰਨ ਸੁਆਮੀ ਕੋ ਰਬ ਨਾਨਕ ਬੰਧਨ ਛੋਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਫਤਿਹ
ਕਰਤਾ ਪੁਰਖ ਨਿਰਭਉ ਆਪੇ ਹਰ ਇੱਕ ਰੰਗ ਹੈ ਆਪੇ ਆਵੇ ਨਾਨਕ ਸਦੇ ਆਪਣੇ ਕਰਮ ਕੀ
ਜਾਣੋ
ਦਿੱਤੇ। ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਹਜ਼ੂਰੀ ਅੰਦਰ ਜੁੜ ਬੈਠੀ ਸਤਸੰਗਤ ਜੀਓ, ਆਓ ਸਭ ਤੋਂ ਪਹਿਲਾਂ ਸਤਿਗੁਰੂ ਜੀ ਦੇ ਚਰਨਾਂ 'ਚ ਲਵਾਈਏ ਹਾਜ਼ਰੀਆਂ। ਕਰੋ ਰਸਨਾ ਪਵਿੱਤਰ ਗੁਰਫਤਿਹ ਪ੍ਰਵਾਨ ਕਰੋ, ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਾਵਨ ਬਚਨ ਹੈ, ਰਾਣਾ ਰਾਉ ਨਾ ਕੋ ਰਹੇ ਰੰਗ ਨਾ ਤੁੰਗ ਫਕੀਰ, ਵਾਰੀ ਆਪੋ ਆਪਣੀ ਕੋਈ ਨਾ ਬੰਧੇ ਤੀਰ। ਜਿਹਾ ਚੀਰੀ ਲਿਖਿਆ ਤਿਹਾ ਹੁਕਮ ਕਮਾਵੇ, ਘੱਲੇ ਆਵੇ ਨਾਨਕਾ ਸਦੇ ਉੱਠੀ ਜਾਏ। ਅਤਿ ਸਤਿਕਾਰਯੋਗ ਗਿਆਨੀ ਗੁਰਦੇਵ ਸਿੰਘ ਜੀ ਬੈਂਸ, ਜਿਨ੍ਹਾਂ ਦੇ ਸੁਪੁੱਤਰ ਗਿਆਨੀ ਦਲਜੀਤ ਸਿੰਘ ਜੀ ਉਰਫ ਇੰਦਰਜੀਤ ਸਿੰਘ ਜੀ। ਖਿਆਲ ਕਰਨਾ, ਜਿਤਨੀ ਮਾਲਕ ਨੇ ਸਵਾਸਾਂ ਦੀ ਪੂੰਜੀ ਬਖਸ਼ਿਸ਼ ਕੀਤੀ, ਮਿਲੀ ਹੋਈ ਸਵਾਸਾਂ ਦੀ ਪੂੰਜੀ ਦਾ ਭੁਗਤਾਨ ਕਰਦਿਆਂ ਅਕਾਲ ਚਲਾਣਾ ਕਰ ਗਏ। ਆਪਾਂ ਸਭ ਜਾਣਦੇ ਹਾਂ, ਗਿਆਨੀ ਜੀ ਨੇ ਵੀ ਦੱਸਿਆ, ਵੀ ਥੋੜ੍ਹੇ ਸਮੇਂ ਦੇ ਅੰਦਰ ਸਭ ਕੁਝ ਹੋ ਗਿਆ। ਦੁੱਖ ਇਹੋ ਜਿਹਾ ਆ ਗਿਆ, ਰੋਗ ਇਹੋ ਜਿਹਾ ਲੱਗ ਗਿਆ, ਜਿਹੜਾ ਤਨ ਨੂੰ ਸਰੀਰ ਨੂੰ ਖਤਮ ਕਰ ਲੈਂਦਾ। ਕਿਉਂਕਿ ਬਾਣੀ ਦੇ ਅੰਦਰ ਪਾਵਨ ਬਚਨ ਨੇ ਇਸ ਸਰੀਰ ਨੂੰ, ਇਸ ਤਨ ਨੂੰ ਬੁਖਾਰ ਚੜ੍ਹ ਜਾਣਾ, ਤਾਪ ਚੜ੍ਹ ਜਾਣਾ, ਜਾਂ ਕੋਈ ਹੋਰ ਐਕਸੀਡੈਂਟ ਹੋ ਜਾਣਾ, ਕੋਈ ਬਿਮਾਰੀ ਲੱਗ ਜਾਣੀ, ਸਤਿਗੁਰੂ ਜੀ ਕਹਿੰਦੇ ਇਹ ਬੰਦੇ ਦੇ ਹੱਥ ਵਿੱਚ ਨਹੀਂ ਹੈ, ਇਹ ਪਰਮੇਸ਼ਰ ਦੇ ਹੱਥ ਵਿੱਚ ਹੈ। ਦੁੱਖ ਜਿਹੜਾ ਆਉਣਾ ਹੈ ਉਹ ਪਰਮੇਸ਼ਰ ਦੇ ਹੁਕਮ ਅੰਦਰ ਆਉਂਦਾ ਹੈ। ਕਈ ਵਾਰੀ ਇਸ ਤਰ੍ਹਾਂ ਵੀ ਹੁੰਦਾ ਹੈ ਵੀ ਦੋ ਚਾਰ ਘੰਟੇ ਪਹਿਲਾਂ ਕੋਈ ਬੰਦਾ ਮਿਲਿਆ, ਚੰਗਾ ਭਲਾ ਗੱਲਾਂ ਕਰਦਾ ਸੀ, ਅਤੇ ਦੋ ਚਾਰ ਘੰਟੇ ਬਾਅਦ ਖਬਰ ਮਿਲ ਗਈ ਵੀ ਉਹ ਚੜ੍ਹਾਈ ਕਰ ਗਿਆ। ਇਹ ਵੀ ਕਾਰਨ ਬਣ ਜਾਂਦਾ ਹੈ। ਮਗਰ ਇਹ ਸਾਰੀਆਂ ਗੱਲਾਂ ਸਤਿਗੁਰੂ ਜੀ ਦੇ ਹੁਕਮ ਅੰਦਰ ਹੈ, ਕਿਉਂਕਿ ਜਪੁਜੀ ਸਾਹਿਬ ਦੇ ਅੰਦਰ ਸਤਿਗੁਰੂ ਜੀ ਨੇ ਬਚਨ ਕੀਤਾ, ਆਪ ਸਭ ਜਾਣਦੇ ਹੋਏ, ਬਾਣੀ ਪੜ੍ਹਨ ਵਾਲੇ ਬੈਠੇ ਹੋ, ਹੁਕਮ ਹੈ ਅੰਦਰ ਸਭ ਕੋ, ਬਾਹਰ ਹੁਕਮ ਨਾ ਹੋਏ। ਕੋਈ ਦੁਨੀਆਂ 'ਤੇ ਇਹੋ ਜਿਹੀ ਗੱਲ ਹੈ ਹੀ ਨਹੀਂ ਜਿਹੜੀ ਹੁਕਮ ਤੋਂ ਬਾਹਰ ਹੋ ਜਾਏ। ਆਪਾਂ ਹੁਣ ਵੀ ਗੁਰੂ ਦੇ ਚਰਨਾਂ ਵਿੱਚ ਬੈਠੇ ਹਾਂ, ਇਹ ਵੀ ਹੁਕਮ ਹੈ, ਇਹ ਹੁਕਮ ਵਰਤਣਾ ਸੀ, ਇਹਦੇ ਤੋਂ ਆਪਾਂ ਮੁਨਕਰ ਨਹੀਂ ਜੀ ਹੋ ਸਕਦੇ। ਦੁੱਖ ਬੇਸ਼ੱਕ ਆਉਂਦਾ ਹੈ। ਗਿਆਨੀ ਗੁਰਦੇਵ ਸਿੰਘ ਹੁਣੀ ਬੈਂਸ ਹੁਣੀ, ਇਹਨਾਂ ਨੂੰ ਬਹੁਤ ਦੁੱਖ ਹੈ, ਘਰ ਦੇ ਵਿੱਚੋਂ ਜਵਾਨ ਪੁੱਤਰ ਚਲਾ ਜਾਏ ਅਤੇ ਉਹ ਘਾਟ ਜਿਉਂਦੇ ਜੀ ਨਹੀਂ ਪੂਰੀ ਹੋ ਸਕਦੀ। ਖਿਆਲ ਕਰਨਾ, ਆਓ ਸਤਿਗੁਰੂ ਜੀ ਦੇ ਚਰਨਾਂ 'ਚ ਜੁੜ ਬੈਠੇ ਹਾਂ, ਕਿਉਂਕਿ ਸਾਰੇ ਪਰਿਵਾਰ ਨੇ ਰਲ ਮਿਲ ਕਰਕੇ ਪਾਵਨ ਬਾਣੀ ਦੇ ਪ੍ਰਵਾਹ ਚਲਾਏ। ਹੁਣੇ ਹੁਣੇ ਭੋਗ ਪਾਏ ਗਏ, ਭੋਗ ਤੋਂ ਉਪਰੰਤ ਰਾਮਕਲੀ ਸਦ ਦਾ ਪਾਠ ਕੀਤਾ ਗਿਆ, ਜਿਸ ਦੇ ਅੰਦਰ ਸਤਿਗੁਰੂ ਜੀ ਨੇ ਬਚਨ ਕੀਤਾ ਵੀ ਅੰਤੇ ਸਤਿਗੁਰੂ ਬੋਲਿਆ ਮੈਂ ਪਿੱਛੇ ਕੀਰਤਨ ਕਰਿਓ
ਨਿਰਵਾਣ ਜੀਓ ਕੇਸ਼ਵ ਗੋਪਾਲ ਪੰਡਿਤ ਸਦਿਓ ਹਰ ਹਰ ਕਥਾ ਪੜ੍ਹੇ ਪੁਰਾਣ ਜੀ। ਇਹ ਗੱਲਾਂ ਕਿਉਂ ਸਤਿਗੁਰੂ ਜੀ ਨੇ ਸਾਡੀ ਝੋਲੀ ਚ ਪਾਈਆਂ? ਕਿਉਂਕਿ ਦੁੱਖ ਤਾਂ ਹੈ ਕੋਈ ਜੀ ਘਰ ਤੋਂ ਚਲਾ ਜਾਏ, ਮਗਰ ਜਦੋਂ ਬਾਣੀ ਪੜ੍ਹਦੇ ਹਾਂ ਨਾ, ਵਿਚਾਰਾਂ ਸਰਵਣ ਕਰਦੇ ਹਾਂ ਤੇ ਮਨ ਨੂੰ ਧੀਰਜ ਜ਼ਰੂਰ ਆ ਜਾਂਦਾ ਹੈ ਵੀ ਇਹ ਕੋਈ ਅਨੋਖੀ ਖੇਡ ਨਹੀਂ, ਕੋਈ ਅਚਰਜ ਗੱਲ ਨਹੀਂ ਹੋਈ। ਇਸ ਦੁਨੀਆਂ ਤੋਂ ਬਹੁਤ ਲੋਕ ਚਲੇ ਗਏ, ਇਹਨਾਂ ਅੱਖਾਂ ਦੇ ਨਾਲ ਵੇਖਦਿਆਂ ਵੇਖਦਿਆਂ ਬੜਾ ਲੰਮਾ ਸਮਾਂ ਹੋ ਗਿਆ। ਤੇ ਕਬੀਰ ਸਾਹਿਬ ਜੀ ਬਹੁਤ ਪਿਆਰਾ ਬਚਨ ਕਰ ਰਹੇ ਜੀ, ਕਿਉਂਕਿ ਇਹ ਮਨ ਦਾ ਜੇ ਕੋਈ ਸਹਾਈ ਹੋਣ ਵਾਲਾ ਹੈ ਤਾਂ ਪਰਮੇਸ਼ਰ ਦਾ ਨਾਮ। ਕੋਈ ਮਾਤਾ ਨਹੀਂ, ਕੋਈ ਪਿਤਾ ਨਹੀਂ, ਕੋਈ ਭੈਣ ਨਹੀਂ, ਕੋਈ ਭਰਾ ਨਹੀਂ, ਕੋਈ ਰਿਸ਼ਤੇਦਾਰ ਨਹੀਂ, ਕੋਈ ਸੱਜਣ ਨਹੀਂ। ਕਬੀਰ ਸਾਹਿਬ ਕੀ ਬਚਨ ਕਰ ਰਹੇ ਨੇ, ਆਓ ਪਿਆਰ ਦੇ ਨਾਲ ਪੜ੍ਹਨਾ ਕਰੀਏ। ਜੈ ਸੁੱਤੇ ਜੀਰਾ, ਜੈ ਸੁੱਤੇ ਜੀਰਾ, ਸੱਜਣ ਮੇਰੇ ਰੰਗ ਦੇ, ਜੈ ਸੁੱਤੇ ਜੀਰਾ, ਜੈ ਸੁੱਤੇ ਜੀਰਾ, ਸੱਜਣ Thank you.
ਮਹਾਰਾਜ ਕਿਰਪਾ ਕਰਨ, ਵਿਸ਼ਰੀ ਆਤਮਾ ਨੂੰ ਆਪਣੇ ਚਰਨਾਂ 'ਚ ਨਿਵਾਸ, ਪਿੱਛੇ ਪਰਿਵਾਰ ਨੂੰ ਭਾਣਾ ਮੰਦੀ ਦਾਤ ਬਖਸ਼ਿਸ਼ ਕਰਨ। ਆਓ ਪਿਆਰ ਦੇ ਨਾਲ ਕਰੋ ਰਸਨਾ ਪਵਿੱਤਰ ਆਨੰਦ ਸਾਹਿਬ ਦਾ ਪਾਠ ਕਰੀਏ ਜੀ। ਉਪਰੰਤ ਸਤਿਗੁਰੂ ਜੀ ਦੇ ਚਰਨਾਂ 'ਚ ਅਰਦਾਸ ਬੇਨਤੀ ਹੋਵੇਗੀ। ਚੜੀ ਚੜਨਾ ਚਾਰੇ ਕੂਤਾ ਉਡੀਆਂ ਰੈਨਕ ਤਾਂ ਮਛਲੀ ਜਾਲ ਨਾ ਜਾਣ ਸਰਖਾਰਾਇਤ ਦਾ ਲੇ
ਪਤਾ ਹੀ ਹੈ ਕਿ ਬਹੁਤ ਹੀ ਸਤਿਕਾਰਯੋਗ ਗਿਆਨੀ ਗੁਰਦੇਵ ਸਿੰਘ ਜੀ ਵੈਸ ਉਹਨਾਂ ਦੇ ਲਖਤ ਜਿਗਰ ਗਿਆਨੀ ਦਲਜੀਤ ਸਿੰਘ ਜੀ ਉਰਫ ਇੰਦਰਜੀਤ ਸਿੰਘ ਜੀ ਜਿਨ੍ਹਾਂ ਦੇ ਉਸਤਾਦ ਆ ਹੁਣੇ ਹੁਣੇ ਹੀ ਗਿਆਨੀ ਬਲਕਾਰ ਸਿੰਘ ਜੀ ਜਿਨ੍ਹਾਂ ਨੇ ਬਹੁਤ ਹੀ ਵੈਰਾਗਮਈ ਸ਼ਬਦ ਦੇ ਵਿੱਚ ਉਸ ਮਹਾਨ ਆਤਮਾ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ ਹਨ। ਇਸ ਤੋਂ ਪਹਿਲਾਂ ਗਿਆਨੀ ਮੇਜਰ ਸਿੰਘ ਜੀ ਜ਼ਖਮੀ ਉਹਨਾਂ ਨੇ ਵੀ ਬਹੁਤ ਹੀ ਸੁੰਦਰ ਤਰੀਕੇ ਦੇ ਨਾਲ ਵੈਰਾਗਮਈ ਕੀਰਤਨ ਦੁਆਰਾ ਉਹ ਵਿਛੜੀ ਰੂਹ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ। ਮੈਂ ਆਈਆਂ ਸੰਗਤਾਂ ਦਾ ਬੈਂਸ ਪਰਿਵਾਰ ਵੱਲੋਂ ਬਹੁਤ ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ ਆਪਣੇ ਕੀਮਤੀ ਸਮੇਂ ਕੱਢ ਕੇ ਗਿਆਨੀ ਦਲਜੀਤ ਸਿੰਘ ਦੀ ਵਿਛੜੀ ਰੂਹ ਵਾਸਤੇ ਸ਼ਬਦ ਸਾਹਾ ਲਿਖਿਆ। ਮਿਲ ਕਰ ਪਾਵੋ ਤੇਲ ਦੋ ਸੱਜਣ ਸੀਸਣੀਆਂ ਜੇ ਹੋਵੇ ਸਾਹਿਬ ਸੁਣ ਯਤਨ ਕੀਤਾ ਹੈ।
ਕਿ ਆਪਾਂ ਸਾਰਿਆਂ ਨੇ ਇੱਕ ਮਨ ਹੋ ਕੇ ਉਸ ਬੱਚੇ ਦੀ ਰੂਹ ਵਾਸਤੇ ਅਰਦਾਸ ਕਰਨੀ ਹੈ ਕਿ ਮਹਾਰਾਜ ਸੱਚੇ ਪਾਤਸ਼ਾਹ ਇਸ ਬੱਚੇ ਦੇ ਰੂਹ ਨੂੰ ਆਪਣੇ ਚਰਨਾਂ 'ਚ ਨਿਵਾਸ ਬਖਸ਼ਿਸ਼ ਕਰੇ ਅਤੇ ਪਿੱਛੇ ਪੈਸ਼ ਪਰਿਵਾਰ ਨੂੰ ਪਾਣਾ ਮਿਲਣ ਦੀ ਬਲ ਬੁੱਧੀ ਅਤੇ ਸਮਰੱਥਾ ਬਖਸ਼ਿਸ਼ ਕਰੇ। ਮੈਂ ਹੁਣ ਬੇਨਤੀ ਕਰਾਂ ਗਿਆਨੀ ਅਜੀਤ ਸਿੰਘ ਜੀ ਸਮਰਾ 5 ਮਿੰਟ ਵਾਸਤੇ, ਉਹ ਵੀ ਸ਼ਰਧਾ ਦੇ ਫੁੱਲ ਭੇਟ ਕਰਨਗੇ। ਗਿਆਨੀ ਅਜੀਤ ਸਿੰਘ ਜੀ ਸਮਰਾ। ਸਤਸੰਗ ਜੀਓ, ਬਹੁਤ ਹੀ ਸਤਿਕਾਰਯੋਗ ਮੇਰੇ ਛੋਟੇ ਵੀਰ ਗਿਆਨੀ ਗੁਰਦੇਵ ਸਿੰਘ ਜੀ ਬੈਂਸ, ਜਿਹੜੇ ਕਿ 35 ਸਾਲ ਤੋਂ ਅਸੀਂ ਇਕੱਠੇ ਪਹਿਲਾਂ ਪਾਠ ਕਰਦੇ, ਫਿਰ ਢਾਡੀ ਬਣੇ, ਅੱਜ ਇਤਨਾ ਦੁੱਖ ਹੋਇਆ ਕਿ ਜਿਹੜਾ ਬਿਆਨ ਨਹੀਂ ਕਰ ਸਕਦੇ। ਪਰ ਗੁਰਬਾਣੀ ਦਾ ਫਰਮਾਨ ਹੈ, ਫਰੀਦਾ ਖਿੰਥੜ ਮੇਖਾਂ ਅਗਲੀਆਂ, ਗਿੰਦ ਨਾ ਕਾਈ ਮੇਖ, ਬਾਰੀ ਆਪੋ ਆਪਣੀ ਚੱਲੇ ਮਸਾਇਲ ਸੇਖ ਦੇ ਮਹਾਂਵਾਕ ਅਨੁਸਾਰ। ਗਿਆਨੀ ਗੁਰਦੇਵ ਸਿੰਘ ਜੀ ਬੈਂਸ ਸਾਹਿਬ, ਸਤਿਕਾਰਯੋਗ ਬੀਬੀ ਅਮਰਜੀਤ ਕੌਰ ਜੀ ਬੈਂਸ ਸਾਹਿਬ, ਜਿਨ੍ਹਾਂ ਦੇ ਹੋਣਹਾਰ ਪੁੱਤਰ ਲਖਤੇ ਜਿਗਰ, ਅਗਲੌਤੇ ਪੁੱਤਰ ਦਲਜੀਤ ਸਿੰਘ ਜੀ ਉਰਫ ਇੰਦਰਜੀਤ ਸਿੰਘ ਜੀ। ਸਤਿਸੰਗ ਜੀਓ, ਆਪ ਸਭ ਸਿਆਣੇ ਬੈਠੇ ਹੋ ਕਿ ਗੁਰਬਾਣੀ ਦਾ ਫਰਮਾਨ ਹੈ, ਮਰਨ ਲਿਖਾਏ ਮੰਡਲ ਮੇ ਆਇਆ। ਪਹਿਲਾਂ ਮਰਨਾ ਲਿਖਾਇਆ, ਫਿਰ ਇਹ ਸੰਸਾਰ 'ਤੇ ਜੀਵ ਆਉਂਦਾ, ਔਰ ਜਿੰਨੀ ਸਵਾਸਾਂ ਦੀ ਪੂੰਜੀ ਲੈ ਕੇ ਇਹ ਜੀਵ ਇਸ ਸੰਸਾਰ 'ਤੇ ਆਉਂਦਾ, ਜਦੋਂ ਸਵਾਸਾਂ ਦੀ ਪੂੰਜੀ ਸਮਾਪਤ ਹੋ ਜਾਂਦੀ ਹੈ, ਫਿਰ ਇਸ ਸੰਸਾਰ ਤੋਂ ਹਮੇਸ਼ਾ ਲਈ ਜਾਣਾ ਪੈਂਦਾ। ਇਹ ਵਿਛੋੜਾ ਜਿਹੜਾ ਸਭ ਤੋਂ ਭੈੜਾ ਹੈ, ਸਭ ਤੋਂ ਔਖਾ ਝੱਲਣਾ, ਕਹਿਣਾ ਬੜਾ ਸੌਖਾ ਹੈ, ਪਰ ਜਿਸ ਸਰੀਰ 'ਤੇ ਵਿਛੋੜਾ ਪੈਂਦਾ ਨਾ, ਪਤਾ ਉਹਨਾਂ ਨੂੰ ਲੱਗਦਾ ਵੀ ਕੱਚੇ ਕੋਠਿਆਂ ਨੂੰ ਜੇਕਰ ਲਿਪੀਏ ਨਾ, ਆਖਰ ਢਿੰਦਿਆਂ ਢਿੰਦਿਆਂ ਢਹਿ ਜਾਂਦੇ। ਰੁੱਥੇ ਆਦਮੀ ਨੂੰ ਜੇਕਰ ਮਨਾਈਏ ਨਾ, ਪਾੜੇ ਪੈਂਦਿਆਂ ਪੈਂਦਿਆਂ ਪੈ ਜਾਂਦੇ। ਉਦੋਂ ਬਾਅਦ ਨਾ ਕੋਈ ਵੀ ਕੰਮ ਸਰਦਾ, ਕੰਮ ਰਹਿੰਦਿਆਂ ਰਹਿੰਦਿਆਂ ਰਹਿ ਜਾਂਦੇ। ਉਹ ਚੁਗਲ ਚੁਗਲੀਆਂ ਬਾਜ ਨਹੀਂ ਆਉਂਦਾ, ਗੱਲ ਕਹਿੰਦਿਆਂ ਕਹਿੰਦਿਆਂ ਕਹਿ ਜਾਂਦੇ। ਲੱਗੀ ਦਿਲਾਂ ਦੀ ਬੁੱਝਣੀ ਬੜੀ ਔਖੀ, ਹੰਝੂ ਬਹਿੰਦਿਆਂ ਬਹਿੰਦਿਆਂ ਬਹਿ ਜਾਂਦੇ। ਦਿਲਵਰ ਦੁੱਖ ਵਿਛੋੜੇ ਦਾ ਬੁਰਾ ਹੁੰਦਾ, ਪਰ ਦੁਨੀਆਂ ਸਹਿੰਦੀਆਂ ਸਹਿੰਦੀਆਂ ਸਹਿ ਜਾਂਦੇ। ਪਰ ਅੱਜ ਸਤਿਕਾਰਯੋਗ ਬੀਬੀ ਅਮਰਜੀਤ ਕੌਰ ਨੂੰ ਪੁੱਛ ਕੇ ਵੇਖੋ ਕਿ ਪੁੱਤਾਂ ਦਾ ਕਿੰਨਾ ਕੁ ਵਿਛੋੜਾ ਹੁੰਦਾ, ਕਿੰਨਾ ਕੁ ਸੱਟ ਹੁੰਦਾ, ਇਹਨੂੰ ਧਰਨਾ ਕਿੰਨਾ ਕੁ ਸੌਖਾ ਹੁੰਦਾ।
ਕਿਉਂਕਿ ਪੁੱਤਰਾਂ ਦਾ ਬੜਾ ਮਿੱਠਾ ਮੇਵਾ ਹੁੰਦਾ ਹੈ। ਤੇ ਜਦੋਂ ਅਕਾਲ ਪੁਰਖ ਦੇ ਭਾਂਡੇ ਦੇ ਅੰਦਰ ਇਹ ਪੁੱਤਰ ਸਾਡੇ ਹੱਥਾਂ ਵਿੱਚੋਂ ਜੰਮ ਕੇ ਏਡਾ ਜਵਾਨ ਹੋਇਆ, ਪੜਿਆ ਬੜਾ ਸਤਿਕਾਰਯੋਗ ਕੀਰਤਨ ਸੀ ਔਰ ਬੜਾ ਵਧੀਆ ਪਾਠੀ ਸੀ। ਗੁਰੂ ਮਹਾਰਾਜ ਨੇ ਜਿਹਨੇ ਸਵਾਸਾਂ ਦੀ ਪੂੰਜੀ ਬਖਸ਼ਿਸ਼ ਕੀਤੀ ਸੀ ਉਹਨੂੰ ਸਮਾਪਤ ਕਰਕੇ ਨਾ ਹੁੰਦਾ ਕਦਰ ਮਲਾਪ ਦੀ ਕਰਦਾ ਨਾ ਕੋਈ, ਜੇ ਅਟਵਾਲ ਵਿਛੋੜਾ ਨਾ ਹੁੰਦਾ। ਅੱਜ ਆਵਾਜ਼ ਮਾਰਿਆ ਨਹੀਂ ਬੋਲੇਗਾ, ਮਿਲਣ ਨਹੀਂ ਆਵੇਗਾ। ਇਸ ਕਰਕੇ ਸਰਦਾਰ ਬੂਟਾ ਸਿੰਘ ਜੀ, ਸਰਦਾਰ ਬਲਦੇਵ ਸਿੰਘ ਜੀ, ਛੋਟੇ ਸਰਦਾਰ ਬਲਵਿੰਦਰ ਸਿੰਘ ਜੀ, ਤਿੰਨਾਂ ਦੇ ਪਰਿਵਾਰ ਦੀ ਹੀਰਿਆਂ ਦੇ ਰੇੜੀ ਵਿੱਚੋਂ ਇੱਕ ਹੀਰਾ ਜਿਹੜਾ ਹੈ ਗੁਰੂ ਮਹਾਰਾਜ ਦੇ ਹੁਕਮ ਦੇ ਅਨੁਸਾਰ ਨਿਰੰਕਾਰ ਦੀ ਜੋਤ ਵਿੱਚ ਜਾ ਸਮਾਇਆ ਹੈ। ਮਹਾਂਭਾਰਤ ਦਾ ਜੰਗ ਹੋ ਰਿਹਾ ਸੀ, ਬਹੁਤ ਜੰਗ ਮਚਾਇਆ ਸੀ। ਅਰਜਨ ਦਾ ਪੁੱਤਰ ਅਭਿਮਨੂ ਦੀ ਮੌਤ ਹੋ ਗਈ। ਕ੍ਰਿਸ਼ਨ ਜੀ ਮਹਾਰਾਜ, ਮੇਰਾ ਪੁੱਤਰ ਮਰ ਗਿਆ, ਭਰੋਸਾ ਹੈ ਤੁਹਾਡੇ ਤੇ, ਜਿੰਦਾ ਕਰ ਸਕਦੇ ਹੋ। ਅਰਜਨਾ, ਇਹ ਜਿੰਦਾ ਨਹੀਂ ਹੋਣਾ। ਨਹੀਂ ਮਹਾਰਾਜ, ਤੁਸੀਂ ਭਗਵਾਨ ਆ, ਕੁਛ ਕਰੋ। ਅਰਜੁਨ ਨੂੰ ਸਮਝਾਉਣ ਵਾਸਤੇ ਕ੍ਰਿਸ਼ਨ ਜੀ ਮਹਾਰਾਜ ਕਹਿੰਦੇ ਆ, ਲੈ ਕਰਮੰਡਲ ਲੈ ਲਾ, ਇੱਕ ਸੜਕ ਪਾਰ ਕਰ, ਚੰਦਨ ਦਾ ਬੂਟਾ ਹੈ ਉਹਦੇ ਥੱਲੇ ਛੋਟੇ ਜਿਹੇ ਸਰੋਵਰ ਹੈ, ਇਹ ਪਾਣੀ ਦਾ ਕਰਮੰਡਲ ਭਰ ਲਿਆ। ਬੜੀ ਜਲਦੀ ਪਹੁੰਚ ਗਿਆ, ਕਰਮੰਡਲ ਭਰ ਕੇ ਲਿਆ ਕੇ ਰੱਖਿਆ। ਲਓ ਬਾਬਾ ਜੀ, ਦੋ ਚਾਰ ਮਿੰਟ ਅਟਕੇ ਅਰਜਨਾ, ਜਾਂ ਪਾਣੀ ਡੋਹ ਲਿਆ। ਫਿਰ ਪਾਣੀ ਡੋਲਣ ਚਲੇ ਗਿਆ, ਪੰਜ ਮਿੰਟ ਅਟਕੇ ਅਰਜਨਾ, ਜਾਂ ਉਹ ਪਾਣੀ ਲਿਆ ਡੋਲ ਕੇ ਆਇਆ। ਜਿੰਨੀਆਂ ਬੂੰਦਾਂ ਪਾਣੀ ਦੀਆਂ ਹੈ ਸਨ ਪਹਿਲਾਂ ਪਾਈਆਂ, ਉਨੀਆਂ ਬੂੰਦਾਂ ਲੈ ਆ। ਕੋਈ ਬੂੰਦ ਵੱਧ ਨਾ ਪਏ, ਕੋਈ ਬੂੰਦ ਘੱਟ ਨਾ ਪਏ, ਉਹੀ ਪਾਣੀ ਲੈ ਕੇ ਆਈ। ਮਹਾਰਾਜ ਜੀ, ਉਹ ਤਾਂ ਪਾਣੀ ਜਲਦੇ ਪਾਣੀ ਪਾਣੀ ਮਿਲ ਗਿਆ, ਉਹ ਤਾਂ ਪਾਣੀ ਲੱਭਿਆ ਨਹੀਂ ਮਿਲਣਾ। ਅਰਜਨਾ, ਤੈਨੂੰ ਸਮਝ ਨਹੀਂ ਆ ਰਹੀ, ਤੇਰਾ ਪੁੱਤਰ ਨਿਰੰਕਾਰ ਦੇ ਸੁਮਰੋ ਵਿੱਚ ਲੀਨ ਹੋ ਗਿਆ, ਸਾਨੂੰ ਵੀ ਪਾਣਾ ਨਹੀਂ ਲੱਭਣਾ। ਜੇ ਉਹ ਜਲਮੇ ਜਲ ਆਇਆ ਕਟਾਣਾ ਤੂੰ ਜੋਤੀ ਸੰਗ ਜੋਤ ਮਿਲਾਣਾ, ਜੋ ਸੰਸਾਰ ਤੋਂ ਚਲੇ ਗਿਆ ਉਹਦਾ ਦੁਬਾਰਾ ਦਰਸ਼ਨ ਨਹੀਂ ਹੋਏਗਾ, ਉਹਦੀ ਦੁਬਾਰਾ ਆਵਾਜ਼ ਨਹੀਂ ਸੁਣ ਸਕੇਗੀ, ਉਸ ਨਾਲ ਕੋਈ ਗੱਲ ਨਹੀਂ ਕਰ ਸਕੇਗਾ। ਇਹ ਅੱਜ ਦੀ ਰੀਤ ਨਹੀਂ ਹੈ, ਜਦ ਤੋਂ ਵੀ ਸੰਸਾਰ ਮੌਤ ਵਿੱਚ ਆਇਆ, ਅਗਰ ਜੇ ਮੌਤ ਦੇ ਜਨਮ ਦੇ ਬਾਅਦ ਮੌਤ ਨਾ ਹੁੰਦੀ, ਇੱਥੇ ਸੰਸਾਰ 'ਤੇ ਕਿਸੇ ਨੂੰ ਟਿਕਣ ਲਈ ਥਾਂ ਨਾ ਮਿਲਦਾ, ਜਾਂ ਕਰਤਾ ਸੱਚੀ ਕੋ ਸਾਜੇ ਆਪੇ ਜਾਣੇ ਸੋਈ। ਕੀ ਪਤਾ ਕਦੋਂ ਦਾ ਸੰਸਾਰ ਚੱਲਦਾ, ਕਿੱਥੋਂ ਤੱਕ ਚੱਲਦਾ ਹੈ, ਕਿੰਨਾ। ਅਤੇ ਦੀਵਾਨ ਦੀ ਹਾਜ਼ਰੀ ਭਰੀ ਹੈ, ਉਪਰੰਤ ਮੈਂ ਗਿਆਨੀ ਗੁਰਦੇਵ ਸਿੰਘ ਜੀ ਬੈਂਸ ਸਾਹਿਬ
ਜੋ ਕਿ ਪਿਛਲੇ ਲਗਭਗ ਮੇਰਾ ਹਾਲੇ 12-14 ਸਾਲ ਤੋਂ ਆ ਨਕੋਦਰ ਹੀ ਦੇ ਵਿੱਚ ਮੁਹੱਲਾ ਗਾਰਡਿਆਂ ਦੇ ਵਿੱਚ ਬਤੌਰ ਹੈੱਡ ਗ੍ਰੰਥੀ ਸਾਹਿਬ ਦੀ ਐਜ਼ ਏ ਕਥਾਵਾਚਕ ਡਿਊਟੀ ਦੇ ਰਹੇ ਹਨ। ਗਿਆਨੀ ਜੀ ਵੱਲੋਂ, ਗਿਆਨੀ ਦੇ ਸਾਰੇ ਪਰਿਵਾਰ ਵੱਲੋਂ, ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਅਤਿ ਧੰਨਵਾਦ ਅਤੇ ਸਮੂਹ ਨਗਰ ਨਿਵਾਸੀਆਂ ਦਾ ਬਹੁਤ ਹੀ ਧੰਨਵਾਦ ਹੈ, ਜਿਨ੍ਹਾਂ ਨੇ ਇਸ ਔਖੀ ਘੜੀ ਦੇ ਵਿੱਚ ਦੁੱਖ ਨੂੰ ਵਡਾਉਣ ਦਾ ਯਤਨ ਕੀਤਾ ਹੈ ਅਤੇ ਬਹੁਤ ਹੀ ਜ਼ਿਆਦਾ ਸਹਿਯੋਗ ਦੇ ਕੇ ਗਿਆਨੀ ਜੀ ਨੂੰ ਸਪੋਰਟ ਕਰਨ ਲਈ, ਦੁੱਖ ਨੂੰ ਵਡਾਉਣ ਦਾ ਯਤਨ ਕੀਤਾ ਮੈਂ ਆਪਣੇ ਵੱਲੋਂ ਅਤੇ ਫਿਰ ਦੁਬਾਰਾ ਬੈਂਸ ਪਰਿਵਾਰ ਵੱਲੋਂ ਉਹਨਾਂ ਸਾਰਿਆਂ ਦਾ ਧੰਨਵਾਦੀ ਹਾਂ। ਮੈਂ ਦੱਸ ਦੇਵਾਂ ਕਿ ਇਸ ਪਰਿਵਾਰ ਦੇ ਮੋਢੀ ਮੇਰੇ ਵੱਡੇ ਵੀਰ ਸਵਰਗਵਾਸੀ ਸਰਦਾਰ ਕਰਤਾਰ ਸਿੰਘ ਜੀ ਦੇ ਸਾਹਿਬਜ਼ਾਦੇ ਗਿਆਨੀ ਬੂਟਾ ਸਿੰਘ ਜੀ ਬੈਂਸ, ਗਿਆਨੀ ਗੁਰਦੇਵ ਸਿੰਘ ਜੀ ਬੈਂਸ ਅਤੇ ਸਰਦਾਰ ਬਲਵਿੰਦਰ ਸਿੰਘ ਜੀ ਬੈਂਸ, ਕਾਫੀ ਲੰਬੇ ਸਮੇਂ ਤੋਂ ਜਿਨ੍ਹਾਂ ਨੇ, ਗਿਆਨੀ ਗੁਰਦੇਵ ਸਿੰਘ ਜੀ ਨੇ ਅਤੇ ਗਿਆਨੀ ਬੂਟਾ ਸਿੰਘ ਜੀ ਨੇ ਮਿਊਜ਼ਿਕ ਦੀ ਦੁਨੀਆ ਦੇ ਵਿੱਚ ਬੜਾ ਨਾਂ ਕਮਾਇਆ ਹੈ। ਗਿਆਨੀ ਗੁਰਦੇਵ ਸਿੰਘ ਜੀ ਖੁਦ ਇੱਕ ਬਹੁਤ ਹੀ ਸਫਲ ਢਾਡੀ ਰਾਗੀ ਅਤੇ ਕਥਾਵਾਚਕ ਉੱਘੇ ਵਿਦਵਾਨ ਹਨ, ਪਰ ਆ ਜੋ ਸਾਲ ਲੱਗਿਆ ਹੈ, ਵਾਕਈ ਗੱਲ ਬਿਲਕੁਲ ਠੀਕ ਹੈ, ਗੱਲ ਕਹਿ ਦੇਣੀ ਉਹਦਾ ਕੁਛ ਹੋਰ ਹੈ, ਜਦੋਂ ਗੱਲ ਪੈਂਦੀ ਹੈ ਤੇ ਮਹਿਸੂਸ ਉਦੋਂ ਹੁੰਦਾ ਹੈ ਕਿ ਕਹਿਣੀ ਕਿੰਨੀ ਆਸਾਨ ਹੈ ਤੇ ਉਸ ਗੱਲ ਦਾ ਸਾਹਮਣਾ ਕਰਨਾ ਕਿੰਨਾ ਮੁਸ਼ਕਿਲ ਹੈ। ਪਰ ਗਿਆਨੀ ਜੀ ਨੂੰ ਦੀਵੇ ਅੱਗੇ ਚਾਨਣ ਕਰਨ ਵਾਲੀ ਗੱਲ ਹੈ, ਕੋਈ ਫਾਇਦਾ ਨਹੀਂ, ਕਿਉਂਕਿ ਗਿਆਨੀ ਜੀ ਖੁਦ ਵਿਦਵਾਨ ਹਨ, ਜੁਗੋ ਜੁਗੋ ਅਟਲ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੇਵਾ ਕਰਦੇ ਹਨ। ਮੈਂ ਤਾਂ ਕੋਈ ਵਿਦਵਾਨ ਨਹੀਂ ਹਾਂ, ਪਰ ਮੌਤ ਇੱਕ ਅਟਲ ਸੱਚਾਈ ਹੈ। ਆ 2 ਘੰਟੇ ਤੋਂ ਗੁਰੂ ਸਾਹਿਬ ਦੀ ਗੋਦ ਦੇ ਵਿੱਚ ਬੈਠ ਕੇ ਅਨੇਕਾਂ ਹੀ ਪ੍ਰਮਾਣ ਜੁਗੋ ਜੁਗੋ ਅਟਲ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚੋਂ ਅਸੀਂ ਕਹਿ ਰਹੇ ਹਾਂ, ਸਮਝਾ ਰਹੇ ਹਾਂ, ਬੋਲ ਰਹੇ ਹਾਂ। ਗਿਆਨੀ ਮੇਜਰ ਸਿੰਘ ਜੀ ਨੇ, ਭਾਈ ਸਾਹਿਬ ਭਾਈ ਮੇਜਰ ਸਿੰਘ ਜੀ ਨੇ, ਜੋ ਕਿ ਬਹੁਤ ਹੀ ਬੈਰਾਗਮਿਕ ਕੀਰਤਨ ਕਰਦੇ ਹਨ, ਉਪਰੰਤ ਇਹੀ ਬੱਚਿਆਂ ਦੇ ਉਸਤਾਦ ਗਿਆਨੀ ਬਲਕਾਰ ਸਿੰਘ ਜੀ ਮੁਲਤਾਨੀ, ਜਿਨ੍ਹਾਂ ਨੇ ਮਿਊਜ਼ਿਕ ਦੇ ਵਿੱਚ ਬੜਾ ਨਾਂ ਕਮਾਇਆ ਹੈ, ਉੱਘੇ ਮਿਊਜ਼ਿਕਕਾਰ ਹਨ, ਉਹਨਾਂ ਨੇ ਵੀ ਇਸ ਬੱਚੇ ਨੂੰ ਲਿਆਕਤ ਦਿੱਤੀ। ਉਪਰੰਤ ਅੱਲਾ ਰੱਖਾ ਉਸਤਾਦ ਜੀ ਇੰਦਰਜੀਤ ਸਿੰਘ ਉਰਫ ਦਲਜੀਤ ਸਿੰਘ ਨੇ ਉਸ ਉੱਘੇ ਮਿਊਜ਼ਿਕਕਾਰ ਦੇ ਕੋਲੋਂ ਤਬਲੇ ਦੀ ਸਿੱਖਿਆ ਪ੍ਰਾਪਤ ਕੀਤੀ। ਉਪਰੰਤ ਜੋ ਹਾਰਮੋਨੀਅਮ ਦੀ
ਸਿੱਖਿਆ ਪ੍ਰਾਪਤ ਕੀਤੀ ਉਹ ਸਨ ਸਰਦਾਰ ਤਰਸੇ ਪਾਪ। ਗਿਆਨੀ ਗੁਰਦੇਵ ਸਿੰਘ ਜੀ ਖੁਦ ਇੱਕ ਬਹੁਤ ਵਧੀਆ ਵਿਦਵਾਨ ਅਤੇ ਮਿਊਜ਼ਿਕਕਾਰ ਹਨ। ਉਹਨਾਂ ਨੇ ਆਪਣੇ ਬੱਚੇ ਨੂੰ ਉੱਚ ਕੋਟੀ ਦੀ ਸਿੱਖਿਆ ਦੇਣ ਵਾਸਤੇ ਅੱਛੇ ਉਸਤਾਦਾਂ ਦੇ ਕੋਲ ਭੇਜਿਆ ਅਤੇ ਅੱਜ ਤੁਸੀਂ ਉਹ ਬੱਚੇ ਦੀ ਪ੍ਰਸ਼ੰਸਾ ਸੁਣੀ ਹੈ ਕਿ ਇੱਕ ਸਫਲ ਅਖੰਡ ਪਾਠੀ ਸਾਹਿਬ ਉਪਰੰਤ ਤਬਲੇ ਦਾ ਮਾਸਟਰ, ਕੀਰਤਨ ਦੇ ਵਿੱਚ ਕਾਫੀ ਸੰਪੂਰਨ, ਅਨੇਕਾਂ ਹੀ ਪ੍ਰਕਾਰ ਦੇ ਉਸਦੇ ਕੋਲ ਗੁਣ ਸਨ, ਪਰ ਜਿੰਦ ਵੋਟੀ ਮਰਨ ਵਾਰ ਲੈ ਜਾਸੀ ਪ੍ਰਣਾਈ, ਜਿਹੜੀ ਕਿ ਸਭ ਤੇ ਆਉਣੀ ਹੈ, ਵਾਰੀ ਆਪੋ ਆਪਣੀ ਚਲੇ ਮੁਸਾਹਿਬ ਸ਼ਹੀਦ। ਆਈਆਂ ਸੰਗਤਾਂ ਦਾ ਬਹੁਤ ਹੀ ਧੰਨਵਾਦ ਜਿਨ੍ਹਾਂ ਨੇ ਗਿਆਨੀ ਗੁਰਦੇਵ ਸਿੰਘ ਜੀ ਬੈਂਸ ਅਤੇ ਉਹਨਾਂ ਦੇ ਪਰਿਵਾਰ ਦੇ ਨਾਲ ਦੁੱਖ ਨੂੰ ਵਡਾਉਣ ਦਾ ਯਤਨ ਕੀਤਾ ਹੈ। ਹੁਣ ਆਪਾਂ ਸਾਰਿਆਂ ਨੇ ਅਰਦਾਸ ਦੇ ਵਿੱਚ ਤਨੋ ਮਨੋ ਇਹ ਅਰਦਾਸ ਕਰਨੀ ਹੈ ਕਿ ਮਹਾਰਾਜ ਸੱਚੇ ਪਾਤਸ਼ਾਹ ਸੰਮਤ ਸਾਹਾ ਲਿਖਿਆ, ਮਿਲ ਕਰ ਪਾਵੋ ਤੇਲ, ਦੋ ਸੱਜਣ ਸੀਸਣੀਆਂ ਜੇ ਹੋਵੇ ਸਾਹਿਬ ਸਿਮਰਨ। ਉਹ ਵਿਛੜੀ ਰੇਣੂ ਗੁਰੂ ਮਹਾਰਾਜ ਆਪਣੇ ਚਰਨਾਂ 'ਚ ਨਿਵਾਸ ਬਖਸ਼ਿਸ਼ ਕਰਨ ਅਤੇ ਪਿੱਛੇ ਪਰਿਵਾਰ ਨੂੰ ਭਾਣਾ ਮੰਨਣ ਦੀ ਬਲ ਅਤੇ ਬੁੱਧੀ ਸਮਰੱਥਾ ਬਖਸ਼ਿਸ਼ ਕਰਨ। ਆਈਆਂ ਸੰਗਤਾਂ ਦਾ ਫਿਰ ਦੁਬਾਰਾ ਬੈਂਸ ਪਰਿਵਾਰ ਵੱਲੋਂ ਬਹੁਤ ਬਹੁਤ ਧੰਨਵਾਦ। ਆ ਵੀਰ ਗੁਰੂ ਕੇ ਲੰਗਰ ਛਕਣ ਤੋਂ ਬਗੈਰ ਨਾ ਜਾਵੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਨੰਤ ਮੇਰੀ ਮਾਏ ਰਾਗ ਰਤਨ ਪਰਿਵਾਰ ਪਰੀਆਂ ਸ਼ਬਦ ਕਾਮਣੇ ਆਈਆਂ ਗੁਰੂ ਮੈਂ ਪਾਇਆ ਏ ਮਨ ਮੇਰੇ ਲਾਲ ਰਤਨ ਮਨ ਮੇਰੇ ਦੁੱਖ ਸਭ ਸਾਰਨਾ ਅੰਗੀਕਾਰ ਕਰੇ ਤੇਰਾ ਕਾਜ ਸਭ ਸਵਾਰਨਾ ਸਭਨਾ ਗਲ ਸਮਰਤ ਸੁਆਮੀ ਸੋ ਕੋ ਮਨੋ ਵਸਾਰੇ ਕਹੇ ਨਾਨਕ ਮਨ ਮੇਰੇ ਸਦਾ ਰੋਹਰ ਲਾਲੇ ਸਾਚੇ ਸਾਹਿਬਾ ਕਾ ਨਹੀਂ ਕਰ ਤੇਰਾ ਤੇਰੇ ਸਭ ਕੁਛ ਹੈ ਜਿਸਦੇ ਸੁਪਾਵੇ ਸਲਾਹ ਤੇਰੀ ਨਾਮ ਮਨ ਸਾਵੇ ਨਾਮ ਜਿਨਕੇ ਮਨ ਵਸਿਆ ਵਾਜੇ ਸ਼ਬਦ ਕਨੇਰੇ ਕਹੇ ਨਾਨਕ ਸੱਚੇ ਸਾਹਿਬ ਕਾ ਨਹੀਂ ਕਰ ਤੇਰੇ ਸਾਚਾ ਨਾਮ ਮੇਰਾ ਦਾਨ ਸਾਚ ਨਾਮ ਆਧਾਰ ਮੇਰਾ ਜਗ ਰੁੱਖਾਂ ਸਭ ਗਵਾਈਆਂ ਕਹੇ ਨਾਨਕ ਸੁਣੋ ਸੰਤੋ ਸ਼ਬਦ ਕਰੋ ਪਿਆਰੋ ਸਾਡਾ ਨਾਮ ਮੇਰਾ ਵਾਜੇ ਪੰਚ ਸਵਰਤ ਕਰ ਸੁਭਾਗੇ ਹਰ ਸੁਭਾਗੇ ਸ਼ਬਦ ਵਾਜੇ ਕਲਾ ਜਿਤ ਕਰਤਾਰੀਆ ਪੰਜ ਤੂਤ ਗਵਾਚ ਕੀਤੇ ਕਾਲ ਕੰਠ ਕੁਮਾਰਿਆ ਜਨ ਕੋ ਸੇਨਾ ਮਰ ਕੇ ਲਾਗੇ ਕਹੇ ਨਾਨਕ ਤੇ ਸੁਖੋ ਆਤ ਕਰਾਂ ਹਲਵਾਦੇ ਅੰਗ ਸੁਣੋ ਵਡ ਭਾਗੀਓ ਸਗਲ ਮਨੋਰਥ ਪੂਰੇ ਪਾਰ ਬ੍ਰਹਮ ਪ੍ਰਭਾਇਆ ਉਤਰੇ ਸਗਲ
ਸੁਣੀ ਸੱਚੀ ਬਾਣੀ ਸੰਤ ਸਾਜਨ ਪਏ ਕਰਦੇ ਪੂਰੇ ਗੁਰ ਦੇ ਜਾਣੇ ਪੁਨੀਤ ਕਰਦੇ ਪਵੇ ਸਤਿਗੁਰ ਰਹਿਆ ਪਰਪੂਰੇ ਗੁਰਚਰਨ ਲਾਗੇ ਵਾਜੇ ਰਾਜੂ ਸੋ ਪਵਨ ਗੁਰੂ ਬਾਣੀ ਪਿਤਾ ਮਾਤਾ ਤਤ ਮਹਤ ਦਾਈ ਦਾ ਖਿਲੈ ਸਗਲੇ ਜਗ ਨਿਆਈਆਂ ਬਰਿਆਈਆਂ ਵਾਜੇ ਧਰਮ ਗੁਰ ਕਰਮੀ ਆਪੋ ਆਪਣੀ ਕਹਿੰਦੇ ਰੱਖੇ ਦੋ ਵਾਹਿਗੁਰੂ ਜਿੰਨੇ ਨਾਮ ਤੇ ਆਇਆ ਕੈਮ ਸਖਤ ਕਾਲ ਨਾਨਕ ਦੇਵ ਕੇ ਉਜਲੇ ਕੀਤੀ ਛੁੱਟੀ ਨਾਲ ਜਿੰਨੇ ਨਾਮ ਤੇ ਆਇਆ ਕੈਮ ਸਖਤ ਕਾਲ ਨਾਨਕ ਦੇਵ ਕੇ ਉਜਲੇ ਕੀਤੀ ਛੁੱਟੀ ਨਾਲ ਜਿੰਨੇ ਨਾਮ ਤੇ ਆਇਆ ਕੈਮ ਸਖਤ ਕਾਲ ਨਾਨਕ ਤੇ ਮੁਕੇ ਉਜਲੇ ਕਿਤੀ ਛੁੱਟੀ ਨਾਲ ਜਿੰਨੀ ਨਾਮ ਤੇ ਆਇਆ ਕੈਮ ਸਖਤ ਕਾਲ ਨਾਨਕ ਤੇ ਮੁਕੇ ਉਜਲੇ ਕਿਤੀ ਛੁੱਟੀ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਰਜਨ ਆਪੋ ਗੈਰ ਸੁਜਵਨ ਸ੍ਰੀ ਹਰਿ ਸ੍ਰੀ ਹਰਿ ਲਿਆਏ ਜਿਥੇ ਸਭ ਦੁਖ ਵਿਆਏ ਤੇ ਹਾਰ ਸੁਰਿਆ ਕਾ ਨਾਮ ਲਿਆਏ ਸਾਧ ਹੁਨਾ ਨਿਸ਼ਾਇ ਦਸਵੇਂ ਪਾਤਸ਼ਾਹ ਫਿਰ ਭੋਗ ਵਿਸਨ ਸਾਧ ਵੀ ਸਾਧ ਹੁਨਾ ਨਿਸ਼ਾਇ ਦਸਾਂ ਪਾਤਸ਼ਾਹ ਦੀ ਭੋਗ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਜਿਗਾਰਾ ਧੰਨ ਕਰ ਭਵਨ ਯਾਰ ਦੇ ਕੇ ਵਿਅਕਤ ਕੀਤਾ ਇਹਨਾਂ ਪਿਆਰਿਆਂ ਸੁਚਾਰੀ ਕੁਮਾਰੀ ਦਾ ਧੰਨ ਕਰਕੇ ਭਵਨ ਦੇਵਾ ਜਿਹਨਾਂ ਸਿੰਘਾਂ ਸਿੰਘਣੀਆਂ ਨੇ ਧਰਦੇ ਸੀ ਦਿੱਤੇ ਬਾਨਗਾਂ ਪਟਾਇਆਂ ਨਾਲ ਚੜਾਏ ਗਏ ਗੁਰਦੁਆਰਾ ਦੀ ਸੇਵਾ ਦੀ ਕੁਰਬਾਨੀਆਂ ਕੀਤੀਆਂ ਧਰਮ ਨੇ ਆ ਰਿਹਾ ਧਿਆਨ ਕਰਕੇ ਫੁੱਲ ਵਿਵਾਦ ਪੰਜਾਂ ਤਖਤਾਂ ਸਰਬੱਤ ਗੁਰਦੁਆਰਾ ਦਾ ਧਿਆਨ ਕਰਕੇ ਫੁੱਲ ਵਿਵਾਦ ਸਰਬੱਤ ਖਾਲਸਾ ਜੀ ਦੀ ਖਾਲਸਾ ਜੀ ਕੋ ਵਾਹਿਗੁਰੂ 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 ਚੇਤਾ ਚੇਤਾ ਦਾ ਸਦਕਾ ਸਰਬੱਤ ਹੋਵੇ ਜਹਾਂ ਦਾ ਖਾਲਸਾ ਜੀ ਸਾਹਿਬ ਤਾਂ ਤਾਂ ਰੁਚਿਆ ਰਿਆਏ ਪਵਿੱਤਰ ਦਰਸ਼ਨ ਸ਼ਨਾਨ ਚੌਂਕੀਆਂ ਢੰਡੇ ਬੂਹੇ ਡੁਗੋ ਡੁਗਾ ਟਨ ਤਰਗਾ ਜੈਕਾਰਾ ਮਨ ਹਿੰਗਾ ਮਤ ਉੱਚੀ ਮਨ ਬਚ ਕੇ ਰਾਖੇ ਆਪ ਅਕਾਰ ਪੁੱਜਿਆਂ ਸਦਾ ਸਾਹਿਬ
ਜਬ ਇਹ ਗਹਿ ਪਿਪਰਨ ਕੀ ਰੀਤ ਮੈਂ ਨਾ ਕਰੂੰ ਇਨ ਕੀ ਪ੍ਰਤੀਤ ਜਜਨ ਭਜਨ ਮਮ ਖਾਲਸਾ ਖਾਲਸਾ ਪੂਜਵ ਜੋਗ ਦਾਸ ਗੋਬਿੰਦ ਫਤਾ ਖਾਲਸਾ ਦਰਸ ਪਰਸ ਮਿਟਾ ਸੋਗ ਕਬੀਰ ਜਿਸ ਮਰਨੇ ਤੇ ਜਗ ਡਰਾ ਮੇਰੇ ਮਨ ਆਨੰਦ ਮਰਨੇ ਹੀ ਤੇ ਪਾਈਆ ਪੂਰਨ ਪਰਮਾਨੰਦ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਗੁਰੂ ਗਰੀਬ ਨਿਵਾਜ ਰਾਗ ਸੁਰਥ ਬਾਣੀ ਭਗਤ ਰਵਿਦਾਸ ਜੀ ਕੀ ਇੱਕ ਓਹਕਾਰ ਸਤਿਗੁਰ ਪ੍ਰਸਾਦ ਜਬ ਹਮ ਹੋਤੇ ਤਬ ਤੂੰ ਨਾਹੀਂ ਅਬ ਤੁਹੀ ਮੈਂ ਨਾਹੀਂ ਅਨਲ ਅਗਮ ਜੈਸੇ ਲਹਿਰ ਮੈਂ ਉਹ ਬਦ ਜਲ ਕੇਵਲ ਜਲ ਮਾਹੀ ਜਬ ਹਮ ਹੋਤੇ ਤਬ ਤੂੰ ਨਾਹੀਂ ਅਬ ਤੁਹੀ ਮੈਂ ਨਾਹੀਂ ਅਨਲ ਅਗਮ ਜੈਸੇ ਲਹਿਰ ਮੈਂ ਉਹ ਬਦ ਜਲ ਕੇਵਲ ਜਲ ਮਾਹੀ ਮਾਧਵੇ ਕਿਆ ਕਹੀਆ ਭਰਮ ਐਸਾ ਜੈਸਾ ਮਾਨੀਆ ਹੋਏ ਨਾ ਤੈਸਾ ਨਰਪਤ ਏਕ ਸਗਾ ਸੁਣ ਸੋਇਆ ਸੁਪਨੇ ਪਿਆ ਪਿਖਾਰੀ ਅਸ਼ਾਤ ਰਾਜ ਬਿਸ਼ਰਤ ਦੁਖ ਪਾਇਆ ਸੋ ਗਾਪ ਭਈ ਹਮਾਰੀ ਰਾਜ ਭਯੰਗ ਪ੍ਰਸੰਗ ਜੈਸੇ ਹੈ ਅਬ ਕਸ਼ਮਰ ਬਣਾ ਜਨਾ ਰਾਜ ਭਯੰਗ ਪ੍ਰਸੰਗ ਜੈਸੇ ਹੈ ਅਬ ਕਸ਼ ਮਰਮ ਜਨਾ ਅਨਕ ਕਟਕ ਜੈਸੇ ਭੂਲ ਪਰੇ ਅਬ ਕਹਿਤੇ ਕਹਿਣ ਨਿਆ ਸਰਬੇਕ ਅਨੇਕਾ ਸੁਆਮੀ ਸਭ ਕਟ ਭੁਗਵੈ ਸੋਈ ਕਹਿ ਰਵਿਦਾਸ ਹਾਥ ਪੈ ਮੇਰਾ ਸਹਿਜੇ ਹੋਏ ਸੇ ਹੋਈ ਸਰਬੇਕ ਅਨੇਕਾ ਸੁਆਮੀ ਸਭ ਕਟ ਭੁਗਵੈ ਸੋਈ ਕਹਿ ਰਵਿਦਾਸ ਹਾਥ ਪੈ ਮੇਰਾ ਸਹਜੇ ਹੋਏ ਸੇ ਹੋਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹੁਣੇ ਹੁਣੇ ਸਾਰੀਆਂ ਸੰਗਤਾਂ ਨੇ ਗੁਰੂ ਮਹਾਰਾਜ ਦੇ ਹੁਕਮਨਾਮੇ ਸ਼ਰਵਣ ਕੀਤੇ ਹਨ। ਮੈਂ
ਦੱਸ ਦੇਣਾ ਚਾਹੁੰਦਾ ਹਾਂ ਸਾਰਿਆਂ ਨੂੰ, ਮੇਰੇ ਭੈਣ ਭਰਾਵਾਂ ਨੂੰ, ਵੀਰਾਂ ਨੂੰ, ਕਿ ਕਲਾਸ ਫੈਲੋ, ਯਾਨੀ ਕਲਾਸ ਦੇ ਵਿੱਚ ਬੱਚੇ ਪੜ੍ਹਦੇ ਹਨ ਉਸਤਾਦ ਕੋਲੋਂ। ਰਾਣਾ ਜੀ ਤੋਂ ਜੋ ਕਿ ਰੇਡੀਓ ਪ੍ਰੋਡਿਊਸਰ ਸਨ, ਇਸ ਬੱਚੇ ਨੇ ਮਿਊਜ਼ਿਕ ਦੀ ਸਿੱਖਿਆ, ਹਾਰਮੋਨੀਅਮ ਦੀ ਸਿੱਖਿਆ ਉੱਥੋਂ ਪ੍ਰਾਪਤ ਕੀਤੀ। ਉਸ ਵੇਲੇ ਅੱਜ ਦੇ ਜਾਣੇ ਪਹਿਚਾਣੇ, ਮੰਨੇ ਪਰਮੰਨੇ, ਜਿਨ੍ਹਾਂ ਦਾ ਨਾਂ ਸਾਰੇ ਅਸੀਂ ਜਾਣਦੇ ਹਾਂ, ਸਾਡੇ ਸਾਰਿਆਂ ਦੇ ਬਹੁਤ ਹੀ ਪਿਆਰੇ, ਮੈਂ ਤੇ ਬੱਚੇ ਕਹਾਂਗਾ ਕਲੀਅਰ ਕੰਠੀ, ਜਿਨ੍ਹਾਂ ਨੇ ਇਸ ਬੱਚੇ ਦੇ ਨਾਲ ਰਾਣਾ ਜੀ ਤੋਂ ਸਿੱਖਿਆ ਪ੍ਰਾਪਤ ਕੀਤੀ ਸੀ। ਅੱਜ ਉਹ ਦੋਸਤੀ ਨੂੰ, ਉਹ ਭਰਾਬੀ ਨੂੰ ਉਸਦੀ ਪਹਿਚਾਣ ਦਿੰਦੇ ਹੋਏ ਬੈਂਸ ਪਰਿਵਾਰ ਦੇ ਨਾਲ ਸੋਗ ਸਮਾਰੋਹ ਦੇ ਵਿੱਚ ਪਹੁੰਚੇ ਹਨ। ਇਹਨਾਂ ਨੇ ਦੁੱਖ ਨੂੰ ਮਿਟਾਉਣ ਦਾ ਯਤਨ ਕੀਤਾ ਹੈ। ਅਸੀਂ ਸਾਰੀਆਂ ਸੰਗਤਾਂ, ਬੈਂਸ ਪਰਿਵਾਰ, ਕਲੀਅਰ ਕੰਠ ਜੀ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਅੱਜ ਇਹਨਾਂ ਨੇ ਸ਼੍ਰੀ ਕ੍ਰਿਸ਼ਨ ਅਤੇ ਸੁਦਾਮਾ ਦੀ ਦੋਸਤੀ ਜੋ ਬਰਕਰਾਰ ਰੱਖਦੇ ਹੈ ਉੱਧਰ ਸੰਕੇਤ ਕੀਤਾ ਹੈ। ਮੈਂ ਕਲੀਅਰ ਕੰਠ ਜੀ ਨੂੰ ਬੇਨਤੀ ਕਰਾਂਗਾ ਕਿ 2 ਮਿੰਟ ਵਾਸਤੇ ਉਹ ਵੀ ਆਪਣੇ ਸ਼ਰਧਾ ਦੇ ਫੁੱਲ ਆਪਣੇ ਹੀ ਕਲਾਸ ਫੈਲੋ ਵਾਸਤੇ ਭੇਟ ਕਰਨ। ਕਲੀਅਰ ਕੰਠ ਜੀ, ਸ਼੍ਰੀ ਗੁਰੂ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ 'ਚ ਬੈਠੇ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਭਾਵੇਂ ਰੋਜ਼ ਪ੍ਰੋਗਰਾਮ ਕਰਦੇ ਹਾਂ, ਬੜੀਆਂ ਗੱਲਾਂ ਹੁੰਦੀਆਂ ਕਰਨ, ਪਰ ਹੁਣ ਮੈਨੂੰ ਸੋਚ ਨਹੀਂ ਰਿਹਾ ਕਿ ਮੈਂ ਕੀ ਬੋਲਾਂ, ਕੀ ਗੱਲ ਕਰਾਂ। ਇੰਦਰਜੀਤ ਨਾਲ ਮੇਰਾ ਬਹੁਤ ਪਿਆਰ, ਅਚਾਨਕ ਹੀ ਮੈਨੂੰ ਕਿਸੇ ਨੇ ਦੱਸਿਆ, ਆਪਣੇ ਕੰਮਾਂ ਕਾਰਾਂ 'ਚ ਦੌੜ ਭੱਜ 'ਚ ਇੰਨੇ ਵਿਅਸਤ ਹੋ ਗਏ ਸੀ, ਪਤਾ ਨਹੀਂ ਲੱਗਾ ਮੈਨੂੰ ਵੀ ਉਹ ਇੰਨੇ ਚਿਰਾਂ ਤੋਂ ਬਿਮਾਰ ਸੀ। ਅਗਰ ਪਤਾ ਹੁੰਦਾ ਤਾਂ ਮੈਂ ਜ਼ਰੂਰ ਮਿਲ ਕੇ ਜਾਂਦਾ, ਭਾਵੇਂ ਬਹੁਤਾ ਦੂਰ ਨਹੀਂ। ਬਹੁਤ ਦੁੱਖ ਹੋਇਆ ਸੁਣ ਕੇ, ਹਮੇਸ਼ਾ ਜਦੋਂ ਅਸੀਂ ਸਾਈਕਲ 'ਤੇ ਸਿੱਖਣਾ ਸ਼ੁਰੂ ਕੀਤਾ ਉਸਤਾਦ ਜੀ ਕੋਲ ਜਾਣਾ, ਮੈਂ ਇਹਨਾਂ ਦੇ ਘਰ ਆ ਜਾਣਾ, ਕਦੇ ਇਹਨਾਂ ਨੇ ਮੇਰੇ ਘਰ ਚਲ ਜਾਣਾ, ਇੰਦਰਜੀਤ ਉਹਨਾਂ ਨੇ ਇੱਕੋ ਸਾਈਕਲ 'ਤੇ ਅਸੀਂ ਬਹਿ ਕੇ ਜਾਣਾ, ਮੈਂ ਕਹਿਣਾ ਯਾਰ ਸਾਈਕਲ ਤੂੰ ਚਲਾ,
ਜਦੋਂ ਕਿਤੇ ਵਿਹਲੇ ਟਾਈਮ ਮਿਲਣਾ ਫਿਰ ਇਕੱਠਿਆਂ ਨੇ ਗਾਉਂਦੇ ਰਹਿਣਾ, ਨਾਲੇ ਤਬਲਾ ਵਜਾਉਣਾ, ਮੈਂ ਗਾਈ ਜਾਣਾ। ਸੋ ਯਕੀਨ ਹੀ ਨਹੀਂ ਹੋ ਰਿਹਾ ਕਿ ਉਹ ਵੀਰ ਅੱਜ ਸਾਨੂੰ ਛੱਡ ਕੇ ਚਲਿਆ ਗਿਆ। ਬਹੁਤ ਸਾਰੀਆਂ ਗੱਲਾਂ ਨੇ, ਇਹੀ ਅਰਦਾਸ ਕਰਦੇ ਹਾਂ ਮਾਲਕ ਅੱਗੇ, ਮਾਲਕ ਪਰਿਵਾਰ ਨੂੰ, ਸਾਡੀ ਮਾਤਾ ਨੂੰ, ਸਾਡੇ ਸਤਿਕਾਰਯੋਗ ਅੰਕਲ ਜੀ ਨੂੰ ਪਾਣਾ ਮੰਨਣ ਦਾ ਬਲ ਬਖਸ਼, ਸਾਰੇ ਰਿਸ਼ਤੇਦਾਰਾਂ ਦਾ, ਆਈਆਂ ਹੋਈਆਂ ਤਮਾਮ ਸ਼ਖਸੀਅਤਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ। ਮੈਂ ਕਦੇ ਬੋਲਿਆ ਨਹੀਂ ਨਾ ਬੋਲਿਆ ਜਾ ਰਿਹਾ, ਇਹੀ ਇੱਕ ਮਾਲਕ ਉਹਨਾਂ ਨੂੰ ਆਪਣੇ ਚਰਨਾਂ 'ਚ ਥਾਂ ਬਖਸ਼। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ। ਅੰਮ੍ਰਿਤ ਕਲਾ ਪ੍ਰਸ਼ਾਦੀ ਦੇ ਛਕਣ ਤੋਂ ਉਪਰੰਤ ਗੁਰੂ ਕਾ ਲੰਗਰ ਤਿਆਰ ਹੈ ਭਾਈ, ਲੰਗਰ ਜ਼ਰੂਰ ਛਕ ਕੇ ਜਾਣਾ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕੌਣ ਸਹਾਈ ਮਨੁੱਖਾ, ਕੌਣ ਸਹਾਈ ਮਨੁੱਖਾ, ਕੌਣ ਸਹਾਈ ਮਨੁੱਖਾ, ਹਰ ਬਿਨ ਕੌਣ ਸਹਾਈ ਮਨੁੱਖਾ, ਕੌਣ ਸਹਾਈ ਆਕੇ ਕੋ
ਕਿਛ ਤੁਲਹਾਵਾ ਕੌਣ ਸਹਾਰਾ